ਹਰ ਰੋਜ਼ ਦਸਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਆਪਾਂ ਸਰਵਣ ਕਰਦੇ ਹਾਂ। ਸਤਿਗੁਰੂ ਜੀ ਦੀ ਮਿਹਰ ਨਾਲ, ਕਿਰਪਾ ਦੇ ਨਾਲ ਸਤਸੰਗਤ ਜੀ, ਕੱਲ੍ਹ ਆਪਾਂ ਸਰਵਣ ਕੀਤਾ ਸੀ ਹਜ਼ੂਰ ਮਹਾਰਾਜ ਨੰਦੇੜ ਸਾਹਿਬ ਦੀ ਧਰਤੀ 'ਤੇ ਸੱਜੇ ਹੈ। ਹਜ਼ਾਰਾਂ ਸਿੱਖ ਸੰਗਤਾਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਆਉਂਦੀਆਂ ਨੇ। ਮਹਾਰਾਜ ਗਰੀਬ ਨਵਾਜ ਸਭਨਾਂ ਦਾ ਭਲਾ ਕਰਦੇ ਹੈ। ਮੂਲੇ ਖੱਤਰੀ ਦਾ ਉਧਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਬੜੇ ਕੌਤਕ ਗਰੀਬ ਨਵਾਜ ਜੀ ਨੇ ਦੱਖਣ ਦੀ ਧਰਤੀ 'ਤੇ ਕੀਤੇ ਹਨ। ਇਹਨਾਂ ਕੌਤਕਾਂ ਦੇ ਦੌਰਾਨ ਮਹਾਰਾਜ ਜੀ ਨੇ ਬੜਿਆਂ ਨੂੰ ਉਤਾਰਿਆ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਾਰ ਉਤਾਰੇ। ਸਾਧ ਸੰਗਤ ਜੀ, ਕੱਲ੍ਹ ਫਿਰ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਇੱਕ ਪਠਾਨ ਆਇਆ, ਉਹਦੀ ਬਹੁਤੀ ਉਮਰ ਨਹੀਂ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਪੁੱਛਦੇ ਹੈ, ਭਾਈ ਤੂੰ ਕੌਣ ਹੈ, ਤੇਰੇ ਪਿਤਾ ਦਾ ਕੀ ਨਾਮ ਹੈ, ਤੇਰੇ ਦਾਦੇ ਦਾ ਕੀ ਨਾਮ ਹੈ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਸਾਧ ਸੰਗਤ ਜੀ, ਇਹ ਸਾਰਾ ਕਾਰਜ ਸਰੀਰ ਤਿਆਗਣ ਦਾ ਸਤਿਗੁਰੂ ਗਰੀਬ ਨਵਾਜ ਜੀ ਨੇ ਆਪ ਹੀ ਕਰਨਾ ਹੈ। ਮਹਾਰਾਜ ਗਰੀਬ ਨਵਾਜ ਜੀ ਜਦੋਂ ਪੂਰਨ ਪੁਰਖਾਂ ਦੀ ਗੱਲ ਗੁਰਬਾਣੀ ਵਿੱਚ ਦੱਸਦੇ ਹੈ, ਅਤੇ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੇ ਸੰਪੂਰਨ ਥੀ ਆ ਰਾਮ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਅਤੇ ਸਾਧ ਸੰਗਤ ਜੀ, ਇਸੇ ਸ਼ਬਦ ਵਿੱਚ ਮਹਾਰਾਜ ਗਰੀਬ ਨਵਾਜ ਜੀ ਕਿਰਪਾ ਕਰਦੇ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਸਾਰਾ ਕੁਝ ਕਰਨ ਕਰਾਉਣ ਵਾਲੇ ਸੱਚੇ ਪਾਤਸ਼ਾਹ ਹਨ। ਇਹ ਗੁੱਲ ਖਾਨ ਮਹਾਰਾਜ ਜੀ ਨੂੰ ਕਹਿਣ ਲੱਗਾ, ਮੇਰਾ ਨਾਮ ਗੁੱਲ ਖਾਨ ਹੈ, ਦਾਦੇ ਮੇਰੇ ਦਾ ਨਾਮ ਹੈ ਸੰਧੇ ਖਾਨ, ਅਤੇ ਦਾਦਾ ਵਾਹਿਗੁਰੂ ਪਿਤਾ ਦਾ ਨਾਮ ਹੈ ਸੰਧੇ ਖਾਨ, ਅਤੇ ਦਾਦੇ ਦਾ ਨਾਮ ਹੈ ਪੈਂਦੇ ਖਾਨ। ਮਹਾਰਾਜ, ਮੈਂ ਉਸੇ ਦਾ ਹੀ ਪੋਤਰਾ ਹਾਂ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲਿਆ ਸੀ। ਜੰਗ ਵਿੱਚ ਮੇਰਾ ਬਾਪੂ, ਮੇਰਾ ਵਾਹਿਗੁਰੂ ਦਾਦਾ ਸ਼ਹੀਦ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ, ਉਹਦੀ ਮ੍ਰਿਤਿਊ ਹੋ ਗਈ। ਉਹਦੇ ਤੋਂ ਬਾਅਦ ਅਸੀਂ ਸਰਕਾਰ ਦਾ ਕੰਮ ਕਰਦੇ ਰਹੇ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ, ਗੁਜ਼ਾਰਾ ਮੁਸ਼ਕਲ ਹੀ ਚੱਲਦਾ ਹੈ ਸਾਡਾ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸਾਹਿਬ ਉਹਦੀਆਂ ਗੱਲਾਂ ਸੁਣ ਸੁਣ ਕੇ, ਪਤਾ ਸਭ ਕੁਝ ਹੈ ਗਰੀਬ ਨਵਾਜ ਜੀ ਨੂੰ, ਪਰ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ 5 ਸੋਨੇ ਦੀਆਂ ਮੋਹਰਾਂ ਦਿੰਦੇ ਹੈ। ਨਾਲ ਕਹਿੰਦੇ ਆ, ਖਾਨ ਦੇ ਪੁੱਤਰ ਰੋਜ਼ ਆਇਆ ਕਰ। ਉਹ ਰੋਜ਼ ਆਉਣਾ ਸ਼ੁਰੂ ਹੋ ਗਿਆ, ਦੂਜੇ ਦਿਨ ਹੀ ਆਇਆ, ਅਤੇ ਮਹਾਰਾਜ ਨੇ ਚੌਪੜ ਕਢਵਾ ਲਈ ਅਤੇ ਉਹਦੇ ਨਾਲ ਚੌਪੜ ਖੇਡੀ ਹੈ। ਉਹ ਸਾਧ ਸੰਗਤ ਜੀ, ਕਿੱਥੋਂ ਸਮਾਂ ਮਹਾਰਾਜ ਕੋਲ ਚੌਪੜ ਖੇਡਣ ਦਾ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਲੀਲਾ ਹੀ ਵਰਤਾ ਰਹੇ। ਦਸਵੇਂ ਪਾਤਸ਼ਾਹ ਨੇ ਜਿਹੜਾ ਸਰੀਰ ਤਿਆਗਿਆ, ਉਹ ਬੜੀ ਲੀਲਾ ਨਾਲ ਤਿਆਗਿਆ ਹੈ। ਇਹ ਸਾਧ ਸੰਗਤ ਜੀ ਜਿਹੜਾ ਆਇਆ, ਇਹਨੂੰ ਪਿੱਛੋਂ ਵੀ ਸ਼ੈ ਹੋਏਗੀ, ਪਰ ਮਹਾਰਾਜ ਨੇ ਆਪ ਹੀ ਇਹਨੂੰ ਸਾਰਾ ਕੁਝ ਦੱਸਿਆ, ਕਿਵੇਂ ਕਰਨਾ ਹੈ, ਕੀ ਕਰਨਾ ਹੈ। ਆਪ ਜੀ ਇੱਕ ਗੱਲ ਦੀ ਵਿਚਾਰ ਕਰੋ, ਫਿਰ ਆਪਾਂ ਕਥਾ ਆਰੰਭ ਕਰੀਏ। ਸਭ ਨੂੰ ਪਤਾ ਹੈ ਵੀ ਗੁੱਲ ਖਾਨ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਖੰਜਰ ਮਾਰਨਾ ਹੈ। ਜਿਹੜਾ ਖੰਜਰ ਮਾਰਨਾ, ਉਹ ਦਿੱਤਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਹੈ। ਕਿਸੇ ਵਿਅਕਤੀ ਦੀ ਜ਼ਰੂਰਤ ਨਹੀਂ ਹੈ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਮਾੜੀ ਜਿਹੀ ਢੇਮ ਵੀ ਮਾਰ ਦੇਵੇ ਜੀ, ਕਿਸੇ ਵਿਅਕਤੀ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕਥਾ ਸੁਣੀ ਸੀ ਅਨੰਦਪੁਰ ਸਾਹਿਬ ਦੀ, ਜਦੋਂ ਵਜ਼ੀਰ ਖਾਨ ਅਤੇ ਜ਼ਬਰਦਸਤ ਖਾਨ ਤੋਪਾਂ ਚਲਾਉਂਦੇ ਸੀਗੇ, ਅਤੇ ਗੋਲਾ ਨਹੀਂ ਸੀ ਆ ਕੇ ਵੱਜਦਾ ਦਸਵੇਂ ਪਾਤਸ਼ਾਹ 'ਤੇ। ਸਿੰਘ ਕਹਿੰਦੇ ਸਨ, ਮਹਾਰਾਜ ਆਪ ਜੀ ਦਾ ਆਸਣ ਇੱਧਰ ਉੱਧਰ ਕਿਤੇ ਲੈ ਜਾਈਏ, ਬਦਲ ਦਈਏ ਥਾਂ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸਨ, ਸਿੰਘੋ ਸਾਡੇ ਸਰੀਰ ਦੇ ਆਲੇ ਦੁਆਲੇ ਇੱਕ ਕਵਚ ਬਣਿਆ, ਬ੍ਰਹਮ ਕਵਚ ਬਣਿਆ। ਮਹਾਰਾਜ ਕਹਿੰਦੇ, ਉਹਦੇ ਵਿੱਚ ਸਾਡੀ ਆਗਿਆ ਤੋਂ ਬਗੈਰ ਕੋਈ ਵਸਤੂ ਪ੍ਰਵੇਸ਼ ਨਹੀਂ ਕਰ ਸਕਦੀ, ਭਾਵੇਂ ਗੋਲੇ ਹੀ ਚੱਲਣ। ਉਹ ਮਹਾਰਾਜ ਦੇ ਹੁਕਮ ਤੋਂ ਬਗੈਰ, ਉਹ ਜਿਹੜਾ ਕਵਰ ਹੈ ਨਾ ਆਸੇ ਪਾਸੇ ਰਾਮਕਾਰ ਹੈ ਸਤਿਗੁਰੂ ਜੀ ਦੇ ਹੁਕਮ ਤੋਂ ਬਗੈਰ, ਉਹਦੇ ਵਿੱਚ ਮਾੜਾ ਜਿਹਾ ਪੱਥਰ ਵੀ ਨਹੀਂ ਆ ਕੇ ਡਿੱਗ ਸਕਦਾ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੈ, ਅਤੇ ਪਹਾੜੀ ਇਲਾਕੇ ਵਿੱਚ ਪਲੰਘੇ 'ਤੇ ਬੈਠੇ ਹੈ, ਅਤੇ ਦੂਰੋਂ ਤੋਪ ਦਾ ਨਿਸ਼ਾਨਾ ਲਾਇਆ ਸੀਗਾ, ਉਦੋਂ ਵੀ ਨਿਸ਼ਾਨਾ ਨਹੀਂ ਸੀ ਲੱਗਾ। ਚੌਰ ਸਾਹਿਬ ਕਰਨ ਵਾਲਾ ਸਿੰਘ ਸ਼ਹੀਦ ਹੋ ਗਿਆ ਸੀਗਾ, ਪਰ ਉਹ ਸਤਿਗੁਰੂ ਜੀ ਦੇ ਸਰੀਰ ਦੇ ਲਾਗੇ ਨਹੀਂ ਕੁਛ ਲੱਗਾ। ਫਿਰ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ, ਭਾਈ ਧਰਮ ਸਿੰਘ ਨੂੰ ਸ਼ਹੀਦ ਸਿੰਘ ਨੇ ਕਿਹਾ ਸੀਗਾ, ਦਸਵੇਂ ਪਾਤਸ਼ਾਹ ਦੇ ਪਲੰਘੇ ਲਾਗੇ ਹਰ ਵਕਤ 500 ਸ਼ਹੀਦ ਸਿੰਘ ਮੌਜੂਦ ਹੁੰਦਾ ਹੈ।
ਕੁਛ ਨਹੀਂ ਹੋ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ। ਗੁੱਲ ਖਾਂ ਨੇ ਜਿਹੜਾ ਖੰਜਰ ਮਾਰਿਆ ਹੈ ਨਾ, ਉਹ ਅੱਗੇ ਕਥਾ ਵਿੱਚ ਆਏਗਾ। ਮੈਂ ਤਾਂ ਬੇਨਤੀ ਥੋੜ੍ਹਾ ਜਿਹਾ ਪਹਿਲਾਂ ਕੀਤੀ ਹੈ, ਕਿਤੇ ਐਵੇਂ ਕਥਾ ਸੁਣਦਿਆਂ ਸੁਣਦਿਆਂ ਸ਼ੰਕਾ ਹੀ ਨਾ ਆ ਜਾਵੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਤੋਂ ਬਗੈਰ ਕੋਈ ਕੁਛ ਨਹੀਂ ਕਰ ਸਕਦਾ ਜੀ। ਮਹਾਰਾਜ ਜੀ ਦੀ ਰਜਾ ਸੀ, ਬਿੱਧ ਮਹਾਰਾਜ ਕਿਵੇਂ ਬਣਾਉਂਦੇ ਆ, ਇਹ ਹੁਣ ਅੱਜ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਗੁਰੂ ਸਾਹਿਬ ਨੇ ਦੂਜੇ ਦਿਨ ਵੀ ਉਹਨੂੰ 5 ਰੁਪਏ ਦਿੱਤੇ ਹੈ। ਉਹ ਜਿਹੜਾ ਗੁੱਲ ਖਾਨ ਹੈ ਉਹ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਜੀ ਕੋਲੋਂ ਚਲੇ ਗਿਆ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਰ ਖੇਲਤ ਦਿੱਤ ਅਨੰਮ, ਰੁੱਖ ਕਰ ਮਨੋ ਤਾਹੇ ਸਲਾਮ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਉਹਨੇ ਚੌਪੜ ਖੇਡੀ ਗੁਰੂ ਸਾਹਿਬ ਨਾਲ ਗੁੱਲ ਖਾਂ ਨੇ, ਸਤਿਗੁਰੂ ਜੀ ਨੇ 5 ਰੁਪਏ ਇਨਾਮ ਦਿੱਤਾ। ਉਹ ਮਹਾਰਾਜ ਨੂੰ ਨਮਸਕਾਰ ਕਰਕੇ ਜਦੋਂ ਗਿਆ ਨਾ ਜੀ, ਅਤੇ ਸੱਚੇ ਪਾਤਸ਼ਾਹ ਨੇ ਉਹਦੀ ਨਮਸਕਾਰ ਜਿਹੜੀ ਆ ਉਹ ਕਬੂਲ ਕਰ ਲਈ, ਪ੍ਰਵਾਨ ਕਰ ਲਈ ਜੀ। ਹਾਂਜੀ, ਸੰਸਾ ਸਭ ਸਿੰਘਨ ਕਹਿ ਹੋਵਾਂ, ਨਯੋ ਸੁਭਾਵ ਆਪ ਕੋ ਜੋਵਾਂ। ਸਿੰਘਾਂ ਦੇ ਅੰਦਰ ਸ਼ੰਕਾ ਆ ਗਿਆ, ਸ਼ੱਕ ਆ ਗਿਆ ਵੀ ਗੁਰੂ ਸਾਹਿਬ ਤਾਂ ਨਹੀਂ, ਪਰ ਉਹ ਇੱਕ ਗੱਲ ਸੋਚਦੇ ਵੀ ਇਹ ਮਹਾਰਾਜ ਨੇ ਕੈਸਾ ਸੁਭਾਵ ਧਾਰਨ ਕਰ ਲਿਆ, ਪੈਂਦੇ ਖਾਨ ਧੋਖੇਬਾਜ਼ ਹੈ, ਇਹ ਉਹਦਾ ਹੀ ਪਰਿਵਾਰ ਹੈ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਦੇ ਨਾਲ ਪਿਆਰ ਕਰ ਰਹੇ ਹੈ। ਹਾਂਜੀ, ਸ਼੍ਰੀ ਮੁਖ ਹਸੇ ਤਬਹੈ ਗੁਣ ਖਾਨੀ। ਗੁਰੂ ਸਾਹਿਬ ਮਹਾਰਾਜ ਨੂੰ ਪੁੱਛਿਆ ਨਹੀਂ ਉਹਨਾਂ, ਗੱਜ ਕੇ ਆਖੋ ਵਾਹਿਗੁਰੂ, ਮਾਈਕ ਨਾ ਚੰਗੀ ਤਰ੍ਹਾਂ ਮੁੱਖ ਕੇ ਕਰ ਦਿਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਨਹੀਂ, ਪਰ ਲਾਗੇ ਲਾਗੇ ਤੁਰੇ ਫਿਰਦੇ ਆ, ਸ਼ੰਕਾ ਹੈ ਮਨ ਵਿੱਚ, ਅਤੇ ਗੁਰੂ ਸਾਹਿਬ ਹੱਸ ਕੇ ਨਾ ਸਾਰੇ ਸਿੰਘਾਂ ਨੂੰ ਜਵਾਬ ਦੇਣ ਲੱਗੇ। ਸਾਦਰ ਸਭ ਸਨ ਕੀਨ ਬਖਾਨੀ। ਮਹਾਰਾਜ ਨੇ ਬੜੇ ਸਤਿਕਾਰ ਨਾਲ ਬੜੇ ਪਿਆਰ ਨਾਲ ਸਾਰੇ ਸਿੰਘਾਂ ਨੂੰ ਕਹਿ ਰਹੇ। ਹੁਣ ਸਿੰਘਾਂ ਅੰਦਰ ਸ਼ੰਕਾ ਤਾਂ ਆ ਗਿਆ ਵੀ ਮਹਾਰਾਜ ਗੁੱਲ ਖਾਨ ਨਾਲ ਇੰਨਾ ਪਿਆਰ ਕਿਉਂ ਕਰਨ ਦੇ ਆ, ਇਹ ਤਾਂ ਪੈਂਦੇ ਖਾਨ ਦਾ। ਤੇ ਮਹਾਰਾਜ ਉਹਨਾਂ ਦਾ ਸ਼ੰਕਾ ਹੱਲ ਕਰਨ ਵਾਸਤੇ ਆਪੇ ਹੀ ਜਵਾਬ ਦੇ ਰਹੇ ਹੈ। ਸੁਣੋ ਖਾਲਸਾ ਕਾਮ ਹਮਾਰਾ, ਪਰਿਓ ਇਸੀ ਕੇ ਹੱਥ ਉਦਾਰਾ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਮਹਾਰਾਜ ਕਹਿੰਦੇ, ਖਾਲਸਾ ਜੀ ਸਾਡੀ ਗੱਲ ਸੁਣੋ, ਗੁੱਲ ਖਾਨ ਨੇ ਸਾਡਾ ਇੱਕ ਬੜਾ ਵੱਡਾ ਕੰਮ ਕਰਨਾ ਹੈ। ਮਹਾਰਾਜ ਕਹਿੰਦੇ, ਇਹ ਹੁਣ ਮਹਾਰਾਜ ਨੂੰ ਹੀ ਪਤਾ ਹੈ। ਮਹਾਰਾਜ ਕਹਿੰਦੇ, ਗੁੱਲ ਖਾਨ ਨੇ ਸਾਡਾ ਜ਼ਰੂਰੀ ਕੰਮ ਕਰਨਾ ਹੈ ਇੱਕ, ਅਸੀਂ ਇਹਦੇ ਵੱਲ ਤਾਂ ਇੰਨਾ ਧਿਆਨ ਦਿੰਦੇ ਹਾਂ। ਹਾਂਜੀ, ਇਸ ਕੋ ਦਾਦਾ ਸੂਰਮਾ ਬਲੀ। ਮਹਾਰਾਜ ਕਹਿੰਦੇ, ਇਹਦਾ ਦਾਦਾ ਬੜਾ ਵੱਡਾ ਸੂਰਬੀਰ ਸੀਗਾ, ਪੈਂਦੇ ਖਾਨ। ਹਾਂਜੀ, ਗੁਰ ਨਿਜ ਢਿੱਗ ਰੱਖਿਓ ਬਿੱਧ ਭਲੀ। ਇਹਦੇ ਦਾਦੇ ਨੂੰ ਵੀ ਸਾਡੇ ਦਾਦਾ ਗੁਰੂ ਜੀ ਨੇ ਆਪਣੇ ਕੋਲ ਰੱਖਿਆ ਸੀ। ਮਹਾਰਾਜ ਕਹਿੰਦੇ, ਬੜਾ ਸਵਾਰ ਕੇ ਰੱਖਿਆ, ਬੜੇ ਭਲੇ ਤਰੀਕੇ ਨਾਲ ਰੱਖਿਆ ਸੀ। ਹਾਂਜੀ, ਦਈ ਜੰਗ ਕੀ ਅਧਿਕ ਬੜਾਈ, ਤਿਸ ਹੀ ਪਰ ਸ਼ਮਸ਼ੇਰ ਚਲਾਈ। ਤੇ ਮਹਾਰਾਜ ਕਹਿੰਦੇ, ਇਹਦੇ ਦਾਦੇ ਨੇ ਕੀ ਕੀਤਾ ਸੀਗਾ, ਸਾਡੇ ਦਾਦਾ ਸਤਿਗੁਰੂ ਜੀ ਨੇ ਇਹਦੇ ਦਾਦੇ ਨੂੰ ਜੰਗ ਕਰਨ ਦਾ ਤਰੀਕਾ ਸਿਖਾਇਆ ਸੀ, ਜੰਗ ਕਰਨ ਦਾ ਬਲ ਸਿਖਾਇਆ ਸੀ, ਅਤੇ ਇਹਦੇ ਦਾਦੇ ਨੇ ਸਾਡੇ ਦਾਦਾ ਸਤਿਗੁਰੂ ਉੱਤੇ ਹੀ ਤਲਵਾਰ ਚਲਾਈ ਸੀ। ਮਹਾਰਾਜ ਕਹਿੰਦੇ, ਸਾਡੇ ਦਾਦਾ ਸਤਿਗੁਰੂ ਉੱਤੇ ਵਾਰ ਕੀਤਾ। ਸਾਧ ਸੰਗਤ, ਪੈਂਦੇ ਖਾਨ ਜਿਸ ਘੋੜੇ 'ਤੇ ਬਹਿ ਕੇ ਜੰਗ ਕਰਨ ਆਇਆ ਸੀ, ਉਹ ਘੋੜਾ ਵੀ 6ਵੇਂ ਪਾਤਸ਼ਾਹ ਨੇ ਦਿੱਤਾ ਸੀਗਾ ਜੀ ਉਹਨੂੰ। ਹਾਂਜੀ, ਜਾਂ ਤੇ ਉਪਜੀ ਮਨ ਹਮ ਕਰਨਾ, ਲੜਕਾ ਭਇਓ ਸੁਨੇਹ ਕਰਨਾ। ਕਮਾਲ ਦੀ ਗੱਲ ਹੈ, ਸਿੰਘਾਂ ਦੇ ਅੰਦਰ ਤਾਂ ਪਤਾ ਲੱਗ ਹੀ ਰਿਹਾ, ਪਰ ਮਹਾਰਾਜ ਟਾਲ ਮਟੋਲਾ ਜਿਹਾ ਕਰੀ ਜਾਂਦੇ ਆ।
ਮਹਾਰਾਜ ਕਹਿੰਦੇ ਆ ਅਸੀਂ ਕਿਹਾ ਚੱਲ ਪੈਂਦੇ ਖਾਨ ਦੀ ਕੁੱਲ ਚੱਲੀ ਹੈ, ਥੋੜ੍ਹਾ ਪਿਆਰ ਹੀ ਕਰ ਲਈਏ ਇਹਨਾਂ ਦੀ ਕੁੱਲ ਨਾਲ। ਹਾਂਜੀ, ਇਮ ਕਹੈ ਸਿੰਘਣ ਕੋ ਸੰਤੋਸ਼ਾ, ਬਸ ਉਹ ਥੋੜ੍ਹਾ ਜਿਹਾ ਗੱਲ ਕਰਕੇ ਸਿੰਘਾਂ ਦੇ ਮਨ 'ਚ ਸੰਤੋਖ ਲਿਆ ਦਿੱਤਾ, ਕਲਾ ਵਰਤਾ ਦਿੱਤੀ ਗੁਰੂ ਸਾਹਿਬ ਨੇ, ਆਪਣੀ ਕਲਾ ਨਾਲ ਹੀ ਸੰਤੋਖ ਲਿਆਂਦਾ ਸਿੰਘਾਂ ਦੇ ਮਨ 'ਚ। ਹਾਂਜੀ, ਦਾਸਨ ਕੇ ਪਰੋਸ ਬਿਨ ਦੋਸ਼ਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੰਘਾਂ ਦੇ ਅੰਦਰ ਇੰਜ ਵਿਉਂਤ ਬਣਾ ਦਿੱਤੀ ਜਿਵੇਂ ਉਹਨਾਂ ਨੂੰ ਗੁੱਲ ਖਾਣ 'ਤੇ ਸ਼ੱਕ ਹੀ ਨਾ ਹੋਵੇ ਜੀ। ਇਹ ਵੀ ਮਹਾਰਾਜ ਦੀ ਆਪਣੀ ਕੋਈ ਲੀਲਾ ਸੀਗੀ ਵੀ ਗੁੱਲ ਖਾਣ 'ਤੇ ਸ਼ੱਕ ਨਾ ਹੋਵੇ ਸਿੰਘਾਂ ਨੂੰ, ਸਿੰਘਾਂ ਦਾ ਮਨ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਮਹਾਰਾਜ ਨੇ। ਹਾਂਜੀ, ਲਖੇ ਨਾ ਜਾਹੇ ਚਰਿਤ ਜਿਨ ਰੂਰੇ, ਭਾਈ ਸੰਤੋਖ ਸਿੰਘ ਕਹਿੰਦੇ ਸਾਧ ਸੰਗਤ ਕੌਣ ਮਹਾਰਾਜ ਦੇ ਚਰਿੱਤਰ ਨੂੰ ਸਮਝ ਸਕਦਾ ਹੈ, ਕੌਣ ਇਸ ਖੇਡ ਨੂੰ ਸਮਝ ਸਕਦਾ ਹੈ। ਇਹੋ ਹੀ ਕਹਿਣਾ ਪਏਗਾ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ, ਸਭ ਕੁਝ ਆਪ ਕਰਨ ਵਾਲੇ ਹਨ। ਹਾਂਜੀ, ਦੁੱਖ ਦਾਰਿਦ ਹਰਤਾ ਗੁਰ ਪੂਰੇ, ਦੁੱਖਾਂ ਦਲਿੱਦਰਾਂ ਕਲੇਸ਼ਾਂ ਦਾ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ਼, ਕੌਣ ਉਹਨਾਂ ਦੇ ਚਰਿੱਤਰ ਗਾ ਸਕਦਾ ਹੈ, ਬੋਲ ਸਕਦਾ ਹੈ। ਹਾਂਜੀ, ਨਿਸ਼ਾ ਪਰੀ ਕੇ ਖਾਨ ਰੋਪਾਨਾ, ਹਾਂਜੀ, ਸੁਪਤ ਜਥਾ ਸੁਖ ਕਿਰਪਾ ਨਿਧਾਨਾ, ਤੇ ਰਾਤ ਪਈ ਹੈ ਮਹਾਰਾਜ ਗਰੀਬ ਨਵਾਜ਼ ਜੀ ਨੇ ਜਲ ਪਾਣੀ ਪ੍ਰਸ਼ਾਦਾ ਛਕਿਆ, ਸਿੰਘਾਂ ਨੇ ਪ੍ਰਸ਼ਾਦਾ ਛਕਿਆ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਰਾਮ ਕਰਨ ਲੱਗ ਪਏ ਆ, ਸੌਂ ਗਏ, ਇਉਂ ਭਾਈ ਸਾਹਿਬ ਲਿਖਦੇ ਆ, ਭਾਵ ਆਰਾਮ ਵਿੱਚ ਹੋ ਗਏ ਮਹਾਰਾਜ। ਹਾਂਜੀ, ਬੜੀ ਪ੍ਰੀਤ ਸੋਚ ਸ਼ਨਾਨੇ, ਅੰਮ੍ਰਿਤ ਵੇਲਾ ਹੋਇਆ, ਸਾਰੇ ਸਿੰਘਾਂ ਨੇ ਸੌਚ ਇਸ਼ਨਾਨ ਕੀਤਾ, ਸਤਿਗੁਰੂ ਜੀ ਨੇ ਸੌਚ ਇਸ਼ਨਾਨ ਕੀਤਾ। ਹਾਂਜੀ, ਅਨਦਾਤਮ ਹੈ ਲੈਸ ਧਿਆਨੇ, ਤੇ ਆਤਮ ਆਨੰਦ ਵਿੱਚ ਮਹਾਰਾਜ ਗਰੀਬ ਨਵਾਜ਼ ਜੀ ਨੇ ਧਿਆਨ ਲਾ ਲਿਆ, ਸਮਾਧੀ ਵਿੱਚ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੁੜ ਗਏ ਹੈ। ਅੱਜ ਜਿਹੜਾ ਦਿਨ ਚੜ੍ਹਿਆ, ਇਸ ਦਿਨ ਬੜਾ ਵੱਡਾ ਕਾਰਜ ਹੋਣਾ ਸਾਧ ਸੰਗਤ ਜੀ। ਹਾਂਜੀ, ਦਿਨ ਕਰ ਉਦਾ ਭਇਓ ਨਭ ਜਬਾ, ਆਕਾਸ਼ ਵਿੱਚ ਸੂਰਜ ਪ੍ਰਗਟ ਰੂਪ ਵਿੱਚ ਆ ਗਿਆ, ਦਿਨ ਪੂਰਾ ਚੜ੍ਹ ਗਿਆ। ਹਾਂਜੀ, ਕਮਲ ਬਿਲੋਚਨ ਬਿਖਸੇ ਤਬਾ, ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲ੍ਹੇ ਹੈ, ਸਮਾਧੀ 'ਚੋਂ ਉਥਾਨ ਹੋਏ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ਼। ਹਾਂਜੀ, ਸ਼ਸਤਰ ਬਸਤਰ ਕੋ ਅੰਗ ਸਜਾਏ, ਤੇ ਸ਼ਸਤਰ ਬਸਤਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਪਣੇ ਅੰਗ 'ਤੇ ਸਜਾ ਲਏ ਹੈ, ਕਲਗੀ ਸਜਾ ਲਈ ਹੈ, ਸੁਨਹਿਰੀ ਸ਼ਸਤਰ ਮਹਾਰਾਜ ਨੇ ਆਪਣੇ ਤਨ 'ਤੇ ਸਜਾਏ ਹੈ। ਹਾਂਜੀ, ਬੈਠਾ ਬੀਜ ਖਾਲਸੇ ਆਏ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆ ਕੇ ਖਾਲਸੇ ਵਿੱਚ ਸਭਾ ਵਿੱਚ ਆ ਕੇ ਬੈਠ ਗਏ ਹੈ। ਸਵਾ ਜਾਮ ਦਿਨ ਚੜੇ ਅਹਾਰਾ, ਫਿਰ ਸਵਾ ਦਿਨ, ਸਵਾ ਜਾਮ, ਸਵਾ ਪਹਿਰ ਜਦੋਂ ਪੂਰਾ ਦਿਨ ਚੜ੍ਹ ਗਿਆ, ਫਿਰ ਲੰਗਰ ਵਰਤਿਆ, ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕਿਆ। ਅਚਹੈ ਪ੍ਰਭੂ ਗਨ ਸਿੰਘ ਮਜਾਰਾ, ਸਿੰਘਾਂ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਪ੍ਰਸ਼ਾਦਾ ਪਾਣੀ ਬੜੇ ਪ੍ਰੇਮ ਨਾਲ ਗਰੀਬ ਨਵਾਜ਼ ਜੀ ਨੇ ਛਕਿਆ, ਕੁਝ ਸਮਾਂ ਆਰਾਮ ਕੀਤਾ, ਫਿਰ ਦੀਵਾਨ ਸੱਜ ਗਏ ਸਾਧ ਸੰਗਤ ਜੀ। ਹਾਂਜੀ, ਦੋਹਰਾ ਪੁਰ ਪਾਲੀ ਮਹਿ ਬਸਤ ਦਵੈ ਗੁਰ ਕੇ ਸਿੱਖ ਸੁਜਾਨ, ਤੇ ਨੰਦੇੜ ਤੋਂ ਸਾਧ ਸੰਗਤ ਜੀ 500 ਮੀਲ ਉੱਤਰ ਵਾਲੇ ਪਾਸੇ ਇੱਕ ਨਗਰ ਹੈ ਜਿਹਦਾ ਨਾਮ ਹੈ ਪਾਲੀ ਨਗਰ, ਨੰਦੇੜ ਤੋਂ 500 ਮੀਲ ਉੱਤਰ ਵਾਲੇ ਪਾਸੇ ਪਾਲੀ ਨਗਰ ਹੈ, ਪਾਲੀ ਤੋਂ 2 ਸੁਜਾਨ ਸਿੰਘ ਭਾਵ ਸਿਆਣੇ ਸਿੰਘ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੈ। ਹਾਂਜੀ, ਦਰਸ਼ਨ ਗੁਰ ਅਭਲਾਖਤ ਧਾਰਤ ਪ੍ਰੇਮ ਮਹਾਨ, ਤੇ ਬੜਾ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ ਹਜ਼ੂਰ ਗਰੀਬ ਨਵਾਜ਼ ਜੀ ਦੇ ਉਹ 2 ਸਿੰਘ ਦਰਸ਼ਨ ਕਰਨ ਵਾਸਤੇ ਆਏ ਹੈ। ਹਾਂਜੀ, ਚੌਪਈ ਸੋ ਚੱਲ ਕਰ ਚੇਰੀ ਪ੍ਰਭ ਢਿੱਗ ਆਏ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜਿਸ ਥਾਂ 'ਤੇ ਬੈਠੇ ਹੈ, ਦੀਵਾਨ ਸੱਜਿਆ, ਉਹ ਦੋਵੇਂ ਸਿੰਘ ਮਹਾਰਾਜ ਗਰੀਬ ਨਵਾਜ਼ ਜੀ ਦੇ ਕੋਲ ਚੱਲ ਕੇ ਆਏ ਆ। ਹਾਂਜੀ, ਦਵੈ ਜਮਦਰ ਆਕੋਰ ਕਹੋ ਲਿਆਏ, ਗੱਜ ਕੇ ਆਖੋ ਵਾਹਿਗੁਰੂ। 2 ਜਮਧਰਾਂ ਭਾਵ ਖੰਜਰ 10ਵੇਂ ਪਾਤਸ਼ਾਹ ਵਾਸਤੇ ਲੈ ਕੇ ਆਏ ਆ, ਇੱਕ ਉਹ ਲੈ ਕੇ ਆਇਆ ਸਿੰਘ, ਦੋਵੇਂ ਸਿੰਘ ਇੱਕ ਇੱਕ ਲੈ ਕੇ ਆਏ ਆ। ਪਿਆਰਿਓ, ਇਹ ਖੰਜਰ ਜਿਹੜੇ ਆ ਗਏ ਆ, ਕਹਿਣਾ ਪੈ ਰਿਹਾ ਖੰਜਰ ਮਾਰਨ ਵਾਲਾ ਵੀ ਪਹੁੰਚ ਚੁੱਕਾ ਅਤੇ ਅੱਜ ਖੰਜਰ ਵੀ ਪਹੁੰਚ ਗਏ ਆ ਜੀ। ਇਹ ਰੱਬ ਦੀ ਲੀਲਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਲੀਲਾ ਵਰਤਾਉਣੀ ਹੈ। ਜਿਹਨੇ ਖੰਜਰ ਮਾਰਨਾ ਉਹ ਪਹਿਲਾਂ ਹੀ ਆ ਕੇ ਬਹਿ ਗਿਆ ਅਤੇ ਉਹ ਖੰਜਰ ਵੀ ਆ ਗਏ ਆ। ਸਿੰਘਾਂ ਇਸ ਭਾਵਨਾ ਨਾਲ ਥੋੜ੍ਹੀ ਲਿਆਉਂਦੇ ਹੋਣਗੇ।
ਹਾਂ ਜੀ ਕਿੰਚਨ ਲਿਪਤ ਚਾਰ ਚਮਕੰਤੀ ਤੇ ਕੰਚਨ ਦੇ ਨਾਲ ਲਿਪਤੇ ਹੋਏ ਸੋਨੇ ਦੀ ਝਾਲ ਸੀਗੀ ਜੀ ਉਹਨਾਂ ਦੇ ਮੁੱਠਿਆਂ 'ਤੇ ਜੀ। ਹੁਣ ਬੜੀ ਚਾਅ ਨਾਲ ਲੈ ਕੇ ਆਏ ਹੋਣਗੇ ਉਹ ਖੰਜਰ। ਹਾਂਜੀ ਉੱਤਮ ਲੋਹ ਫੁਲਾਦ ਨੇਵੰਤੀ ਤੇ ਸਾਧ ਸੰਗਤ ਜੀ ਬੜਾ ਉੱਤਮ ਲੋਹਾ ਫੁਲਾਦੀ ਲੋਹਾ। ਦਾਸ ਨੇ ਅੱਗੇ ਬੇਨਤੀ ਕੀਤੀ ਫੁਲਾਦੀ ਲੋਹਾ ਜਿਹੜਾ ਹੈ ਕਈ ਮਣ ਲੋਹੇ ਨੂੰ ਸਾਧ ਸੰਗਤ ਜੀ ਕੁੱਟਦੇ ਰਹਿਣ ਕੁੱਟਦੇ ਰਹਿਣ ਕੁੱਟਦੇ ਰਹਿਣ ਅਤੇ ਜਦੋਂ ਅੱਧਾ ਕੁ ਕਿਲੋ ਲੋਹਾ ਲੈ ਰਹਿ ਜੇ ਉਹ ਬੜਾ ਸਖਤ ਰਹਿੰਦਾ ਹੈ ਅਤੇ ਸਾਧ ਸੰਗਤ ਜੀ ਉਹ ਫਿਰ ਉਹਨੂੰ ਫੁਲਾਦ ਕਹਿੰਦੇ ਆ। ਫੁਲਾਦ ਦੇ ਧਾਰਾਂ ਸਨ ਉਹਨੂੰ ਫੁਲਾਦ ਦੇ ਸਨ ਉਹ ਖੰਜਰ ਮੁੱਠੇ ਜਿਹੜੇ ਉਹ ਸੋਨੇ ਦੇ ਸਨ ਉਹਨਾਂ ਦੇ। ਹਾਂਜੀ ਤੀਸ਼ਨ ਭੀਸ਼ਨ ਕਰੀ ਨਰੀਸ਼ਨ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫੜ ਲਈਆਂ ਕਟਾਰਾਂ। ਗੁਰੂ ਸਾਹਿਬ ਇੰਜ ਵੇਖ ਕੇ ਨਾ ਵੇਖਣ ਦਏ ਹੈ ਦੋਵੇਂ ਬੜੀਆਂ ਤਿੱਖੀਆਂ ਹਨ ਗੱਜ ਕੇ ਆਖੋ ਵਾਹਿਗੁਰੂ ਜੀ। ਮਹਾਰਾਜ ਵੇਖਣ ਦਏ ਆ ਬੜੀਆਂ ਤਿੱਖੀਆਂ ਨੇ ਦੋਵੇਂ ਬੜੀਆਂ ਤਿੱਖੀਆਂ ਨੇ ਕਿ ਮਹਾਰਾਜ ਨੂੰ ਪਤਾ ਨਹੀਂ ਹੈ ਵੀ ਆਹ ਜਿਹੜਾ ਖੰਜਰ ਕਟਾਰ ਹੈ ਇਹਨੇ ਸਾਡੇ ਪੇਟ ਵਿੱਚ ਮਾਰਨਾ ਹੈ ਸਾਰਾ ਕੁਝ ਪਤਾ ਮਹਾਰਾਜ ਨੂੰ। ਹਾਂਜੀ ਭਏ ਪ੍ਰਸੰਨ ਕਿਰਪਾ ਧਰ ਈਸ਼ਨ ਉਹ ਮਹਾਰਾਜ ਸਿੰਘਾਂ 'ਤੇ ਬੜੇ ਪ੍ਰਸੰਨ ਹੋਏ ਹੈ ਜਿਨ੍ਹਾਂ ਨੇ ਖੰਜਰ ਭਾਵ ਜਮ ਧਰਾਂ ਮਹਾਰਾਜ ਗਰੀਬ ਨਿਵਾਸ ਜੀ ਨੂੰ ਭੇਟਾਂ ਕੀਤੀਆਂ ਹਨ। ਪੁਰੀ ਕਾਮਨਾ ਸਿੱਖਣ ਕੇਰੀ ਤਿੰਨ ਉੱਪਰ ਕਰ ਖੁਸ਼ੀ ਵਡੇਰੀ ਮਹਾਰਾਜ ਗਰੀਬ ਨਿਵਾਸ ਕਹਿੰਦੇ ਸਿੰਘੋ ਮੰਗ ਲਓ ਜੋ ਮੰਗਣਾ ਤੁਸੀਂ ਬੜੇ ਵਧੀਆ ਸ਼ਸਤਰ ਲੈ ਕੇ ਆਏ ਹੋ ਜੋ ਉਹਨਾਂ ਮੰਗਿਆ ਮਹਾਰਾਜ ਨੇ ਉਹ ਉਹਨਾਂ ਦੀ ਬਖਸ਼ਿਸ਼ ਕੀਤੀ ਉਹਨਾਂ 'ਤੇ ਜੀ ਉਹਨਾਂ ਦੀ ਕਾਮਨਾ ਪੂਰੀ ਕਰ ਦਿੱਤੀ ਜੀ ਜਿਹੜੇ ਸ਼ਸਤਰ ਦੇ ਕੇ ਗਏ ਹੈ। ਹਾਂਜੀ ਇਤਨੇ ਮਹਿ ਪਠਾਨ ਚੱਲ ਆਇਓ ਇੰਨੇ ਚਿਰ ਨੂੰ ਗੱਜ ਕੇ ਆਖੋ ਵਾਹਿਗੁਰੂ ਅਤੇ ਖੰਜਰ ਮਹਾਰਾਜ ਨੇ ਲਾਗੇ ਰੱਖ ਲਏ ਹੈ ਇੰਨੇ ਚਿਰ ਨੂੰ ਸਾਧ ਸੰਗਤ ਜੀ ਉਹ ਪਠਾਨ ਚੱਲ ਕੇ ਆ ਗਿਆ ਕਿਹੜਾ ਭਲਾ ਗੁੱਲ ਖਾਨ। ਹਾਂਜੀ ਫਿਰ ਹੋਏ ਸਨਮੁਖ ਸੀਸ ਝੁਕਾਇਓ ਗੁੱਲ ਖਾਨ ਆਇਆ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ ਬੜੇ ਥੋੜ੍ਹੇ ਸਿੰਘ ਰਹਿ ਗਏ ਆ ਉਹਨੇ ਆ ਕੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੂੰ। ਹਾਂਜੀ ਸਾਦਰ ਨਿਕਟ ਬਿਠਾਵਨ ਕੀਨਾ ਅਤੇ ਮਹਾਰਾਜ ਨੇ ਕੀ ਕੀਤਾ ਗੱਜ ਕੇ ਆਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਸਤਿਕਾਰ ਨਾਲ ਨੇੜੇ ਬਿਠਾਇਆ ਜੀ ਕਿਸੇ ਨੂੰ ਪਤਾ ਹੋਵੇ ਸਹੀ ਇਸ ਬੰਦੇ ਨੇ ਸਾਡੇ ਨਾਲ ਇਸ ਤਰ੍ਹਾਂ ਕਰਨਾ ਲਾਗੇ ਨਹੀਂ ਫੜਕਣ ਦਈਦਾ ਜੀ ਗਨਮੈਨ ਰੱਖੇ ਹੈ ਫੜਕਣ ਦੀ ਦਈਦਾ ਲਾਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਮਹਾਰਾਜ ਨੇ ਉਹਨੂੰ ਆਪਣੇ ਕੋਲ ਬਿਠਾਇਆ ਸੰਗਤ ਜੀ। ਹਾਂਜੀ ਜਮ ਧਰ ਤਿਸਕੇ ਕਰਮ ਹੈ ਦੀਨਾ ਗੱਜ ਕੇ ਆਖੋ ਵਾਹਿਗੁਰੂ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਕੀ ਕੀਤਾ ਸਾਧ ਸੰਗਤ ਜੀ ਉਹ ਕਟਾਰ ਜਿਹੜੀ ਹੈ ਨਾ ਉਹਦੇ ਹੱਥ 'ਚ ਦਿੱਤੀ ਇੱਕ ਜੀ ਅਤੇ ਮਹਾਰਾਜ ਐਂ ਮੁੱਖੋਂ ਕਹਿੰਦੇ ਆ। ਹਾਂਜੀ ਗੁੱਲ ਖਾਂ ਦੇਖ ਵਾਰ ਕਹਿ ਕਰਾ ਹਾਂਜੀ ਨਿਜ ਸ਼ਤਰੂ ਕੇ ਪ੍ਰਾਨਨ ਹਰਾ ਮਹਾਰਾਜ ਕਹਿੰਦੇ ਗੁੱਲ ਖਾਨ ਵੇਖ ਭਲਾ ਜੇ ਇਹ ਕਟਾਰ ਦੁਸ਼ਮਣ ਦੇ ਮਾਰੀਏ ਤਾਂ ਉਹਦੇ ਪ੍ਰਾਣ ਨਿਕਲਣਗੇ ਕਿ ਨਹੀਂ ਨਿਕਲਣਗੇ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਆ ਗੁੱਲ ਖਾਨ ਦੇ ਹੱਥ 'ਚ ਕਟਾਰ ਹੈ ਸਾਧ ਸੰਗਤ ਜੀ ਇਸੇ ਨਹੀਂ ਮਾਰਨੀ ਹੈ ਆਪੇ ਹੀ ਮਹਾਰਾਜ ਪੁੱਛ ਰਹੇ ਹੈ ਸਾਰੀ ਖੇਡ ਆਪਣੀ ਦੂਜਾ ਕੋਈ ਕਰ ਹੀ ਨਹੀਂ ਸਕਦਾ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਗੁੱਲ ਖਾਨ ਵੇਖ ਪਰਖ ਕਰ ਮਹਾਰਾਜ ਕਹਿੰਦੇ ਇਹਦੇ ਨਾਲ ਪ੍ਰਾਣ ਨਿਕਲਣਗੇ ਕਿ ਨਹੀਂ ਨਿਕਲਣਗੇ। ਹਾਂਜੀ ਲਗੇ ਖਾਵ ਕੇ ਸਨਮੁਖ ਹੋਏ ਹਾਂਜੀ ਵਾਰ ਕਰਾਂ ਕਹਿੰਦੋ ਨਾ ਸੋਏ ਮਹਾਰਾਜ ਕਹਿੰਦੇ ਜੇ ਵੈਰੀ ਦੇ ਜ਼ਖਮ ਲੱਗ ਜਾਵੇ ਤੇ ਇਹਦੇ ਵਿੱਚ ਇਹਨਾਂ ਕਟਾਰਾਂ 'ਚ ਇੰਨੀ ਤਾਕਤ ਹੈ ਵੀ ਉਸੇ ਵੇਲੇ ਮਾਰ ਦੇਣਗੀਆਂ ਕਿ ਜਿਹਨੂੰ ਜ਼ਖਮ ਹੋਇਆ ਉਹਦੇ ਵਿੱਚ ਇੰਨੀ ਸ਼ਕਤੀ ਰਹੇਗੀ ਵੀ ਉਹ ਮਾਰਨ ਵਾਲੇ ਨੂੰ ਮਾਰੇ। ਹਾਂਜੀ ਸੁਨ ਪਠਾਨ ਇਮ ਬਾਕ ਬਖਾਨਾ ਤੇ ਗੁੱਲ ਖਾਨ ਨਾ ਜੀ ਸਾਧ ਸੰਗਤ ਕਟਾਰ ਨੂੰ ਵੇਖਣ ਦਿਆ ਜਮ ਧਰ ਨੂੰ ਵੇਖਣ ਦਿਆ ਜਮ ਧਰ ਨੂੰ ਸ਼ਸਤਰ ਨੂੰ ਤੇ ਵੇਖ ਕੇ ਇਉਂ ਕਹਿਣ ਲੱਗਾ ਅਸ ਜਮ ਧਰ ਜੇ ਹੋਏ ਮਮ ਪਾਨਾ ਵੇਖ ਲਓ ਜੋ ਮੁੱਖੋਂ ਬੋਲ ਰਿਹਾ ਹੋਣਾ ਵੀ ਇਸੇ ਤਰ੍ਹਾਂ ਹੀ ਹੈ ਗੱਜ ਕੇ ਆਖੋ ਪਰ ਜੋ ਇਹਨੇ ਕਹਿਣਾ ਸਾਰਾ ਕੁਝ ਉਵੇਂ ਨਹੀਂ ਹੋਣਾ
ਕਹਿੰਦਾ ਮਹਾਰਾਜ ਇਹੋ ਜੀ ਜੰਮ ਧਰ ਜੇ ਮੇਰੇ ਹੱਥ ਵਿੱਚ ਹੋਵੇ, ਬਲ ਤੇ ਕਰੋ ਵਾਰ ਇੱਕ ਐਸੇ, ਇੱਕੋ ਵਾਰ ਐਸੇ ਬਲ ਨਾਲ ਜ਼ੋਰ ਨਾਲ ਵਾਰ ਕਰਾਂਗਾ ਵੈਰੀ ਉੱਤੇ, ਉਕਸਣ ਦਿਓ ਨਹੀਂ ਰਿਪ ਕੈਸੇ, ਕੁਸਕਣ ਨਹੀਂ ਦਿਆਂਗਾ, ਗੱਜ ਕੇ ਆਖੋ ਚੀਕ ਮਾਰਨ ਦਾ ਵੀ ਮੌਕਾ ਨਹੀਂ ਦਿਆਂਗਾ, ਜੇ ਕਿਤੇ ਮੇਰੇ ਹੱਥ 'ਚ ਹੋਣ ਐਤਾਂ ਤਾਂ ਸਾਹਮਣੇ ਮੇਰਾ ਵੈਰੀ ਹੋਵੇ। ਹਾਂਜੀ, ਉੱਤਮ ਲੋਹਾ ਲਖੇਤ ਖਰ ਹੈ, ਮਹਾਰਾਜਾ ਜਿਹੜਾ ਲੋਹਾ ਲੱਗਾ ਫੌਲਾਦੀ ਲੋਹਾ ਬੜਾ ਤੇਜ਼ ਲੋਹਾ ਲੱਗਾ ਹੈ ਇਹਨੂੰ। ਹਾਂਜੀ, ਨਹੀਂ ਧਾਰ ਪਰ ਠਹਿਰਤ ਕਰ ਹਾ, ਮਹਾਰਾਜ ਇਹਦੀ ਧਾਰ 'ਤੇ ਤਾਂ ਹੱਥ ਨਹੀਂ ਖਲੋਂਦਾ, ਉਂਗਲਾਂ ਫੇਰੀਏ ਉਂਗਲਾਂ ਵੱਢੀਆਂ ਜਾ ਸਕਦੀਆਂ, ਇੰਨੀ ਤਿੱਖਾ ਹੈ ਮਹਾਰਾਜ। ਹਾਂਜੀ, ਇਸ ਤੇ ਵਾਰ ਬਹੁਤ ਕਿਆ ਕਰਾ, ਇਹਦੇ ਨਾਲ ਬਹੁਤੇ ਵਾਰ ਕਰਨ ਦੀ ਲੋੜ ਹੀ ਨਹੀਂ ਹੈਗੀ ਮਹਾਰਾਜ। ਹਾਂਜੀ, ਲੱਗਾ ਏਕ ਤੇ ਸ਼ਤਰੂ ਮਰਾ, ਇਹ ਤੇ ਇੱਕੋ ਹੀ ਮਾਰੀਏ ਤੇ ਸ਼ਤਰੂ ਜਿਹੜਾ ਉਹ ਮਰ ਸਕਦਾ ਹੈ, ਇਹ ਇੰਨੇ ਤਿੱਖੇ ਨਹੀਂ, ਇਹ ਇੰਨੀਆਂ ਤਿੱਖੀਆਂ ਨੇ ਜੰਮ ਧਰਾਂ। ਹਾਂਜੀ, ਜੰਮ ਧਰ ਤਿਮਹੀ ਨਿਕਟ ਰਖਾਇਓ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆ ਫਿਰ ਦੇ ਦੇ, ਗੱਜ ਕੇ ਆਖੋ ਵਾਹਿਗੁਰੂ, ਉਹਨੂੰ ਫੜਾ ਦਿੱਤੀ ਹੈ, ਉਹਦੇ ਕੋਲੋਂ ਸਾਰਾ ਕੁਝ ਕਹਾ ਲਿਆ, ਆਪੇ ਹੀ ਹੁਣ ਪ੍ਰੇਰਣਾ, ਮਹਾਰਾਜ ਕਹਿੰਦੇ ਲਿਆ ਹੁਣ ਦੇ ਦੇ, ਉਹਨੇ ਦੇ ਤੀ, ਮਹਾਰਾਜ ਨੇ ਲਾਗੇ ਹੀ ਰੱਖ ਲਈ ਜੀ, ਇੰਝ ਲਾਗੇ ਰੱਖੀ ਵੀ ਗੋਲਖਾਂ ਵੇਖਦਾ ਰਵੇ ਉਸ ਜੰਮ ਧਰ ਵੱਲ। ਹਾਂਜੀ, ਹਿੱਤ ਖੇਲਣ ਚੌਪਰ ਅਨਵਾਇਓ, ਤੇ ਸਮਾਂ ਕਿਹੜਾ ਮਹਾਰਾਜ ਕੋਈ ਇਹਨਾਂ ਕਾਰਜਾਂ ਲਈ, ਪਰ ਇਹਦੇ ਨਾਲ ਗੱਲਾਂ ਕਰ ਕਰ ਇਹਨੂੰ ਪ੍ਰੇਰਣਾ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ। ਮਹਾਰਾਜ ਸੱਚੇ ਪਾਤਸ਼ਾਹ ਖੇਡਣ ਵਾਸਤੇ ਚੌਪੜ ਮੰਗਵਾਈ, ਮਹਾਰਾਜ ਕਹਿੰਦੇ ਲੈ ਕੇ ਆਓ ਚੌਪੜ ਭਾਈ। ਹਾਂਜੀ, ਲਾਗੇ ਡਲ ਆਪਸ ਮੈਂ ਗੇਰਨ, ਤੇ ਚੌਪੜ ਵਾਲੇ ਨੇ ਚੌਪੜ ਲਿਆ ਕੇ ਵਿਛਾ ਦਿੱਤੇ, ਤੇ ਮਹਾਰਾਜ ਕਹਿੰਦੇ ਆ ਖਾਨ ਦੇ ਪੁੱਤਰ ਆ ਗੁੱਲ ਖਾਨ ਚੌਪੜ ਖੇਡੀਏ, ਕੱਲ ਵੀ ਖੇਡੀ ਸੀ ਅੱਜ ਵੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਛਾ ਦਿੱਤੇ, ਵਾਹਿਗੁਰੂ ਸਿੰਘ ਨੇ ਵਿਛਾ ਦਿੱਤੀ, ਚੌਪੜ ਖੇਡਣ ਲੱਗ ਪਏ ਗੁਰੂ ਸਾਹਿਬ। ਹਾਂਜੀ, ਨਰਦਨ ਕੋ ਫੇਰਨ, ਨਰਦਾਂ ਸੁੱਟਣ ਲੱਗ ਪਏ ਆ, ਇੱਧਰ ਉੱਧਰ ਨਰਦਾਂ ਫੇਰਦੇ ਆ, ਉੱਧਰੋਂ ਵੇਖੋ ਕਲਗੀ ਲਗਾਈ ਹੈ, ਕਲਗੀ ਧਰ ਸੱਚੇ ਪਾਤਸ਼ਾਹ ਆਪ ਵੀ ਸਾਰਾ ਕੁਝ ਕਰਨ ਦੇ ਆ, ਉੱਧਰੋਂ ਗੁੱਲ ਖਾਨ ਪਠਾਨ, ਬੜੀ ਵੱਡੀ ਗੱਲ ਹੈ, ਕਿਹਦੇ ਵਿੱਚ ਇੰਨੀ ਹਿੰਮਤ ਹੈ ਸਤਿਗੁਰੂ ਦੇ ਸਾਹਮਣੇ ਬਹਿ ਕੇ ਖੇਡ ਖੇਡ ਕੇ ਜਾਵੇ ਮਹਾਰਾਜ ਦਾ, ਇੰਨੀ ਪਰਮਿਸ਼ਨ ਥੋੜ੍ਹੀ ਸੀ ਕਿਸੇ ਨੂੰ। ਹਾਂਜੀ, ਪਰ ਦਾਵ ਕੋ ਨਰਦ ਉਠਾਵਾ, ਜਦੋਂ ਦਾਵ ਲੱਗਦਾ ਹੈ ਕਦੀ ਮਹਾਰਾਜ ਨਰਦ ਚੁੱਕਦੇ ਆ, ਕਦੀ ਉਹ ਨਰਦ ਚੁੱਕ ਲੈਂਦਾ। ਹਾਂਜੀ, ਮਾਰਗ ਮੁਖ ਤੇ ਬਾਕ ਅਲਾਵਾ, ਤੇ ਨਰਦਾਂ ਨੂੰ ਮਾਰਦਿਆਂ ਹੋਇਆ ਨਾ ਦਸਵੇਂ ਪਾਤਸ਼ਾਹ ਕਹਿਣ ਲੱਗ ਪਏ, ਹੁਣ ਉਹਨੂੰ ਪ੍ਰੇਰਣਾ ਵੀ ਦੇਣੀ ਹੈ। ਹਾਂਜੀ, ਪਿਤਾ ਪਿਤਾਮਾ ਪਲਟਾ ਲੈਣਾ, ਮਹਾਰਾਜ ਕਹਿੰਦੇ ਜਿਹੜਾ ਆਪਣੇ ਪਿਤਾ ਦਾ ਦਾਦੇ ਦਾ ਬਦਲਾ ਨਾ ਲਵੇ। ਹਾਂਜੀ, ਥੂਕ ਜਨਮ ਤਿਸਕੇ ਸੁੱਤ ਗਏ ਨਾ, ਗੱਜ ਕੇ ਆਖੋ ਇਹੋ ਜਿਹੇ ਪੁੱਤਰ ਨੂੰ ਤੇ ਪੁੱਤਰ ਹੀ ਨਹੀਂ ਜਾਣਨਾ ਚਾਹੀਦਾ, ਭਾਵ ਉਹਨੂੰ ਪ੍ਰੇਰਨਦੇ ਉਹਨੂੰ ਚੇਤਾ ਕਰਾਉਂਦੇ ਆ, ਪੈਂਦੇ ਖਾਂ ਵਾਲੀ ਗੱਲ ਛੇਵੇਂ ਪਾਤਸ਼ਾਹ ਵਾਲੀ ਜੀ, ਪਿਆਰਿਓ ਕਿਤੇ ਐਵੇਂ ਭੁਲੇਖੇ 'ਚ ਨਾ ਪਿਓ, ਸਭ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਲੀਲਾ ਸੀਗੀ ਜੀ, ਕਿਸੇ ਵਿੱਚ ਤਾਕਤ ਨਹੀਂ ਹੈ, ਕੋਈ ਲਾਗੇ ਆ ਕੇ ਫੜਕ ਵੀ ਜਾਵੇ ਜੀ ਕਿਤੇ ਜੀ, ਇਹ ਮਹਾਰਾਜ ਆਪ ਖੇਡ ਵਰਤਾਉਂਦੇ ਆ, ਹੁਣ ਉਹਨੂੰ ਆਪ ਹੀ ਗਰਮ ਕਰਨ ਦੇ ਹੈ। ਮਹਾਰਾਜ ਕਹਿੰਦੇ ਜਿਹੜਾ ਪਿਓ ਦਾਦੇ ਦਾ ਬਦਲਾ ਨਾ ਲਵੇ ਇਹੋ ਜਿਹੇ ਪੁੱਤਰ ਨੂੰ ਤਾਂ ਪੁੱਤਰ ਹੀ ਨਹੀਂ ਜਾਣਨਾ ਚਾਹੀਦਾ। ਹਾਂਜੀ, ਹੱਥ ਸ਼ਸਤਰ ਸ਼ਤਰੂ ਟਿਕ ਹੋਏ, ਹੱਥ ਵਿੱਚ ਸ਼ਸਤਰ ਹੋਵੇ, ਲਾਗੇ ਸ਼ਸਤਰ ਹੋਵੇ, ਹੱਥ 'ਚ ਸ਼ਸਤਰ ਹੋਵੇ ਅਤੇ ਵੈਰੀ ਕੋਲ ਹੋਵੇ, ਮਹਾਰਾਜ ਕਹਿੰਦੇ ਉਹ ਸਾਰਾ ਕੁਝ ਇਹਦੇ ਬਰਾਬਰ ਹੈ ਨਾ, ਉਂਝੀ ਖੇਡ ਹੈ। ਹਾਂਜੀ, ਮਾਰਹਾ ਨਹਿ ਕਪੂਤ ਹੈ ਸੋਏ, ਜੇ ਫਿਰ ਵੀ ਬੰਦਾ ਨਾ ਮਾਰੇ ਤੇ ਕਪੂਤਰ ਹੀ ਹੈ ਫਿਰ, ਗੱਜ ਕੇ ਆਖੋ ਉਹਨੂੰ ਤੇ ਪੁੱਤਰ ਨਹੀਂ ਕਹਿਣਾ ਚਾਹੀਦਾ, ਸਾਹਮਣੇ ਸ਼ਤਰੂ ਹੋਵੇ ਹੱਥ 'ਚ ਸ਼ਸਤਰ ਹੋਵੇ ਫਿਰ ਵੀ ਨਾ ਮਾਰੇ। ਹਾਂਜੀ, ਇਸ ਮਨ ਸੁਣ ਖਾਨ ਬਿਮਨ ਹੈ ਰਹਿਓ, ਇਹ ਸੁਣ ਕੇ ਗੁੱਲ ਖਾਨ ਪਠਾਨ ਹੈਰਾਨ ਹੋ ਗਿਆ, ਉਹਦੇ ਸੁਰ ਤੋਸੇ ਵੇਲੇ ਗਈ ਹੈ, ਇਹਨਾਂ ਦੇ ਦਾਦੇ ਨੇ ਮੇਰੇ ਦਾਦੇ ਨੂੰ ਮਾਰਿਆ ਸੀਗਾ, ਸੁਰ ਤੋਂ ਦੀ ਉਸੇ ਵੇਲੇ ਚਲੇ ਗਈ ਉਸ ਪਾਸੇ, ਮੋਹੇ ਸੁਣਾਏ ਰਸਾਵਤ ਲਹਿਓ, ਤੇ ਸਾਧ ਸੰਗਤ ਜੀ ਉਹਨੂੰ ਇਹ ਵੀ ਪਤਾ ਹੈ ਵੀ ਇਹ ਮਹਾਰਾਜ ਮੈਨੂੰ ਸੁਣਾ ਸੁਣਾ ਕੇ ਗੁੱਸਾ ਚੜਾ ਰਹੇ ਹੈ, ਉਹ ਮਨ 'ਚ ਸੋਚਦਾ ਵੀ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੈ,
ਮੈਨੂੰ ਖਿੱਦ ਚੜ ਰਹੀ ਹੈ। ਹਾਂਜੀ, ਇਹਨੂੰ ਪਿਤਾਮੇ ਮੋਰ ਪਿਤਾਮਾ, ਇਹਨਾਂ ਦੇ ਦਾਦੇ ਨੇ ਮੇਰੇ ਦਾਦੇ ਨੂੰ ਮਾਰਿਆ। ਹਾਂਜੀ, ਰਣ ਮੋਹੇ ਮਾਰ ਪਠਿਓ ਜਮਧਾਮਾ, ਤੇ ਰਣ ਵਿੱਚ ਮਾਰ ਕੇ ਜਮਾਂ ਦੇ ਘਰ ਇਹਨਾਂ ਦੇ ਦਾਦੇ ਨੇ ਮੇਰੇ ਦਾਦੇ ਨੂੰ ਭੇਜਿਆ। ਹੁਣ ਇਹ ਆਪ ਹੀ ਕਹਿੰਦੇ ਆ ਵੀ ਉਹ ਪੁੱਤਰ ਪੁੱਤਰ ਹੀ ਨਹੀਂ ਹੈਗਾ ਜਿਹੜਾ ਵੱਡਿਆਂ ਦਾ ਬਦਲਾ ਨਾ ਲਵੇ। ਹਾਂਜੀ, ਸੋ ਸਿਮਰਤ ਅਰ ਮੋਹੇ ਸੁਨਾਵਾ, ਮਹਾਰਾਜ ਕਹਿੰਦੇ ਇਹ ਵਾਹਿਗੁਰੂ ਗੁਲ ਖਾਨ ਜਿਹੜਾ ਹੈ ਨਾ ਉਹ ਗੱਲਾਂ ਚੇਤਾ ਕਰਨ ਦਿਆ ਅਤੇ ਸੋਚਣ ਦਿਆ ਵੀ ਮੈਨੂੰ ਸੁਣਾ ਰਹੇ ਹੈ, ਜਿਉਂ ਜਿਉਂ ਮਹਾਰਾਜ ਕਹਿਣ ਉਹਨੂੰ ਖਿੱਚ ਚੜੇ। ਹਾਂਜੀ, ਕਿਆ ਕਾਰਨ ਕੁਛ ਲਿਖਿਓ ਨਾ ਜਾਵਾ, ਕੀ ਕਾਰਨ ਹੈ? ਕਹਿੰਦਾ ਸਮਝ ਨਹੀਂ ਆਉਂਦੀ ਵੀ ਮਹਾਰਾਜ ਐਦਾਂ ਕਿਉਂ ਕਰਨ ਦੇ ਆ, ਬਾਰ ਬਾਰ ਬੋਲਦੇ ਨੇ, ਮੈਨੂੰ ਖਿੱਦ ਚੜ੍ਹਦੀ ਹੈ। ਹਾਂਜੀ, ਜਥਾ ਜੋਗ ਭਖ ਹੈ ਬਚ ਭਲਾ, ਹੋਏ ਕਪੂਤ ਜੋ ਲਏ ਨਾ ਬਦਲਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿ, ਮਹਾਰਾਜ ਕਹਿੰਦੇ ਗੁਲ ਖਾਨ ਉਹ ਕਪੁੱਤਰ ਹੁੰਦਾ ਜਿਹੜਾ ਵੱਡਿਆਂ ਦਾ ਬਦਲਾ ਨਾ ਲਵੇ। ਗੱਜ ਕੇ ਆਖੋ, ਆਪ ਹੀ ਉਹਨੂੰ ਪ੍ਰੇਰਣਾ ਹੈ ਨਾ, ਆਪ ਹੀ ਉਹਨੂੰ ਪ੍ਰੇਰਣਾ ਹੈ। ਹਾਂਜੀ, ਇਤਿਹਾਸਕ ਵਿਚਾਰ ਬਹੁ ਰਹਿਓ, ਇਸ ਤਰੀਕੇ ਨਾਲ ਮਹਾਰਾਜ ਕਦੀ ਉਹ ਨਰਦਾਂ ਘੁਮਾਉਣ, ਨਰਦਾਂ ਨੂੰ ਮਾਰਨ, ਉਹ ਵੀ ਵੇਖੇ ਤਾਂ ਠਾਉਰਾ ਚਿਹਰਾ ਬਦਲੀ ਜਾਵੇ ਹੌਲੀ ਹੌਲੀ ਗੁੱਸੇ ਦੇ ਨਾਲ, ਅਤੇ ਮਹਾਰਾਜ ਵਾਰ ਵਾਰ ਕਹਿਣ ਬਦਲਾ ਲੈ ਲੈਣਾ ਚਾਹੀਦਾ, ਆਪੇ ਹੀ ਪ੍ਰੇਰਣਾ ਦੇਈ ਜਾਣ, ਬਦਲਾ ਲੈ ਲੈਣਾ ਚਾਹੀਦਾ। ਹਾਂਜੀ, ਨਹਿ ਮਾਰਨ ਕੋ ਨਿਸ਼ਚੇ ਲਇਓ, ਹੁਣ ਉਹ ਚਾਹੁੰਦਾ ਤੇ ਹੈਗਾ ਵੀ ਕਟਾਰ ਮੇਰੇ ਸਾਹਮਣੇ ਪਈ ਹੈ, ਜਮ ਧਰ ਮੇਰੇ ਸਾਹਮਣੇ ਹੈ, ਅਤੇ ਗੁਰੂ ਜੀ ਵੀ ਮੇਰੇ ਸਾਹਮਣੇ, ਮੈਂ ਹੁਣੇ ਮਾਰ ਦਿਆਂ, ਪਰ ਹਿੰਮਤ ਨਹੀਂ ਪੈ ਰਹੀ ਉਹਦੀ। ਹਾਂਜੀ, ਇੱਕ ਦੋ ਬਾਜੀ ਖੇਲ ਹਟਾਈ, ਇੱਕ ਦੋ ਬਾਜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਲ ਖਾਨ ਨਾਲ ਖੇਡੀਆਂ, ਅਤੇ ਮਹਾਰਾਜ ਨੇ ਵੇਖਿਆ ਵੀ ਅੱਜ ਨਹੀਂ, ਅਤੇ ਗੁਰੂ ਸਾਹਿਬ ਨੇ ਕਿਹਾ ਵੀ ਬਸ ਇੰਨੀ ਖੇਡ ਬੜੀ ਹੈ, ਚੌਪੜ ਮਹਾਰਾਜ ਨੇ ਚੁਕਾ ਲਈ ਜੀ। ਹਾਂਜੀ, ਹੁਣ ਚੌਪੜ ਕੋ ਕੀਨ ਉਠਾਈ, ਸਿੰਘ ਨੇ ਚੌਪੜ ਚੁੱਕ ਦਿੱਤੀ ਲਾਗੋਂ ਜੀ। ਹਾਂਜੀ, ਹਾਥ ਸ਼ਸਤ ਸ਼ਤਰੂ ਹੋਏ ਪਾਸੀ, ਅਤੇ ਉਹ ਚੌਪੜ ਚੁੱਕਣ ਦੇ ਆ, ਅਤੇ ਗੁਲ ਖਾਂ ਸਾਹਮਣੇ ਬੈਠਾ, ਮਹਾਰਾਜ ਸੱਚੇ ਪਾਤਸ਼ਾਹ ਵੀ ਸਾਹਮਣੇ ਹੈ, ਉੱਠਣ ਦੀਆਂ ਤਿਆਰੀਆਂ ਹੋਣ ਦਈਆਂ। ਮਹਾਰਾਜ ਫਿਰ ਕਹਿੰਦੇ ਆ ਹੱਥ 'ਚ ਸ਼ਸਤਰ ਹੋਵੇ ਅਤੇ ਸਾਹਮਣੇ ਸ਼ਤਰੂ ਹੋਵੇ, ਸਾਹਮਣੇ ਵੈਰੀ ਹੋਵੇ। ਹਾਂਜੀ, ਹੋਏ ਕਪੂਤ ਕਰ ਸਕਹਿ ਨਾ ਨਾਸ਼, ਅਤੇ ਉਹ ਕਪੁੱਤਰ ਹੀ ਹੈ ਜਿਹੜਾ ਇਹੋ ਜਿਹਾ ਸਮਾਂ ਵੀ ਖੁੰਝਾ ਦੇਵੇ, ਵੈਰੀ ਨੂੰ ਮਾਰੇ ਹੀ ਨਾ। ਹਾਂਜੀ, ਜੇ ਕੁਲੀਨ ਟਾਰਤ ਨਹਿ ਕਾਲਾ, ਉਹ ਜਿਹੜੇ ਚੰਗੀ ਬੁੱਧੀ ਵਾਲੇ ਹੁੰਦੇ ਉਹ ਸਮਾਂ ਨਹੀਂ ਵਹਿੰਦੇ, ਉਹ ਕੰਮ ਕਰ ਦਿੰਦੇ ਹੈ, ਭਾਵ ਮਹਾਰਾਜ ਬਹੁਤਾ ਪ੍ਰੇਰਨ ਦਏ ਆ ਉਹਨੂੰ, ਆਪ ਪ੍ਰੇਰਨ ਦਏ ਆ ਉਹਨੂੰ। ਹਾਂਜੀ, ਮਾਰ ਲੇ ਤਾਂ ਕਰਤ ਉਹ ਤਾਲਾ, ਉਹ ਤੇ ਉਤਾਵਲੇ ਹੋ ਕੇ ਮਾਰ ਦਿੰਦੇ ਆ, ਛੇਤੀ ਛੇਤੀ ਮਾਰ ਦਿੰਦੇ ਆ, ਵੇਖ ਲਓ ਇਸ਼ਾਰੇ ਪੂਰੇ ਦੇਂਦੇ ਵੀ ਸਾਹਮਣੇ ਸ਼ਸਤਰ ਪਿਆ, ਇੱਧਰ ਮੈਂ ਹਾਂ, ਮਾਰ ਮੈਨੂੰ। ਅੱਜ ਕੇ ਆਖੋ, ਉਂਝ ਦੁਨੀਆ ਦੀ ਕੋਈ ਤਾਕਤ ਕੁਝ ਨਹੀਂ ਕਰ ਸਕਦੀ, ਬਾਹਰੋਂ ਆ ਵਜ਼ੀਰ ਖਾਨ ਵਰਗੇ ਤੋਪਾਂ ਚਲਾ ਚਲਾ ਹਾਰ ਗਏ, ਉਦੋਂ ਨਹੀਂ ਕੁਛ ਹੋਇਆ, ਇੰਨੀ ਛੁਰੀ ਨਾਲ ਕੁਝ ਕਰ ਲੈਣਾ ਮਹਾਰਾਜ ਨੂੰ। ਹਾਂਜੀ, ਮਾਰ ਲੇ ਤਾਂ ਕਰਤ ਉਹ ਤਾਲਾ, ਮਹਾਰਾਜ ਕਹਿੰਦੇ ਉਹ ਜਿਹੜੇ ਸਿਆਣੇ ਹੁੰਦੇ ਉਹ ਸਮਾਂ ਨਹੀਂ ਵਹਿੰਦੇ, ਉਹ ਛੇਤੀ ਛੇਤੀ ਮਾਰ ਲੈਂਦੇ ਆ। ਹਾਂਜੀ, ਸੁਣ ਪਠਾਨ ਕਹਿ ਕੋਪ ਕਨੇਰੇ, ਜਦੋਂ ਇਹ ਗੱਲ ਸੁਣੀ ਗੁਲ ਖਾਨ ਨੂੰ ਬੜਾ ਕ੍ਰੋਧ ਚੜਿਆ, ਬੜਾ ਗੁੱਸਾ ਚੜਿਆ ਗੁਲ ਖਾਨ ਨੂੰ। ਹਾਂਜੀ, ਜਥਾ ਸਰਪ ਸੁਪਤੇ ਕਹੋ ਫੇਰੇ, ਉਹ ਤੇ ਇੰਜ ਹੋ ਗਿਆ ਜਿਵੇਂ ਸੁੱਤੇ ਹੋਏ ਸੱਪ ਨੂੰ ਕੋਈ ਛੇੜਦਾ, ਉਹ ਅਚਾਨਕ ਸਿਰੀ ਚੁੱਕ ਕੇ ਇੱਧਰ ਉੱਧਰ ਹੁੰਦਾ ਹੈ ਨਾ, ਗੁਲ ਖਾਨ ਦੀ ਹਾਲਤ ਇਹ ਹੋ ਗਈ ਹੈ। ਜਿਮ ਖਜ ਖੂਨੀ ਤੋਮਰ ਪ੍ਰੇਰੇ, ਜਿਵੇਂ ਹਾਥੀ ਨੂੰ ਕੋਈ ਖੂਨੀ ਨੇਜਾ ਮਾਰਦਾ, ਉਹ ਹਾਥੀ ਗੁੱਸੇ ਵਿੱਚ ਆਉਂਦਾ, ਇੱਧਰ ਉੱਧਰ ਦੌੜਦਾ, ਜਿੰਨਾ ਗੁੱਸਾ ਹਾਥੀ ਨੂੰ ਚੜਿਆ ਹੁੰਦਾ ਉਹਨਾਂ ਗੁਲ ਖਾਨ ਨੂੰ ਚੜਿਆ ਹੋਇਆ। ਹਾਂਜੀ, ਕੰਕਰ ਸੋ ਜਿਮ ਕੇ ਹਰ ਸ਼ੇਰ, ਜਿਵੇਂ ਰੋੜੇ ਮਾਰ ਮਾਰ ਕੇ ਵੱਡੇ ਵੱਡੇ ਰੋੜੇ ਮਾਰ ਮਾਰ ਕੇ ਸ਼ੇਰ ਨੂੰ ਕੋਈ ਜਗਾਉਂਦਾ ਹੈ ਨਾ, ਮਹਾਰਾਜ ਇਸ ਤਰ੍ਹਾਂ ਕਰਨ ਦੇ ਹੈ। ਗੁਲ ਖਾਨ ਨੂੰ ਵਾਰ ਵਾਰ ਕਹਿੰਦੇ ਮਾਰ ਦੇਣਾ ਚਾਹੀਦਾ, ਮਹਾਰਾਜ ਕਹਿੰਦੇ ਵੈਰੀ ਨੂੰ ਮਾਰ ਦੇਣਾ ਚਾਹੀਦਾ। ਹਾਂਜੀ, ਤਿਮ ਪਠਾਨ ਲੈ ਦੀਰਘ ਸਵਾਸਾ, ਹੁਣ ਉਹ ਪਠਾਨ ਲੰਮੇ ਲੰਮੇ ਸਾਹ ਲੈ ਸੋਚਦਾ ਵੀ ਹੁਣ ਮੈਂ ਕੀ ਕਰਾਂ। ਹਾਂਜੀ, ਸੋਚਤ ਰਹਿਓ ਤਉ ਗੁਰ ਪਾਸਾ, ਪਰ ਫਿਰ ਵੀ ਗੁਰੂ ਜੀ ਦੇ ਪਾਸ ਹੀ ਰਿਹਾ, ਸੋਚਦਾ ਰਿਹਾ ਅਤੇ ਹਿੰਮਤ ਨਹੀਂ ਪਈ, ਉਹ ਕਟਾਰ ਚੁੱਕ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਰੇ ਜੀ। ਹਾਂਜੀ, ਜਾਣਾ ਸਮਾਂ ਜਾਣ ਕੋ ਧਾਮੂ, ਫਿਰ ਉਹਨੇ ਵੇਖਿਆ ਵੀ ਘਰ ਜਾਣ ਦਾ ਸਮਾਂ ਹੋ ਗਿਆ, ਹੁਣ ਮੈਨੂੰ ਘਰ ਜਾਣਾ ਚਾਹੀਦਾ।
ਹਾਂਜੀ ਉਠਿਓ ਕੋਪ ਦ੍ਰਿਗ ਕੀਨ ਸਲਾਮ। ਅੱਛਾ ਵੇਖ ਲਓ ਬੰਦਾ ਕੰਮ ਵੀ ਸਾਰੇ ਕਰੀ ਜਾਂਦਾ ਤੇ ਗੁੱਸਾ ਵੀ ਓਨਾ ਹੀ ਹੈ। ਗੱਜ ਕੇ ਆਖੋ ਬੜੇ ਗੁੱਸੇ ਵਿੱਚ ਗੁਲਖਾਂ ਉੱਠਿਆ ਅੱਖਾਂ ਲਾ ਲਈਆਂ ਤੇ ਜਾਂਦਾ ਜਾਂਦਾ ਮੱਥਾ ਟੇਕ ਗਿਆ ਮਹਾਰਾਜ ਨੂੰ। ਹਾਂਜੀ ਸਮੁਖ ਨਾ ਦੇਖ ਸਕੈ ਮਨ ਫਿਰਿਓ। ਕੱਲ ਗਿਆ ਸੀ ਨਾ ਮਹਾਰਾਜ ਦੇ ਵੱਲ ਮੁੱਖ ਸੀ, ਮੱਥਾ ਟੇਕ ਕੇ ਗਿਆ, ਮਾਇਆ ਲੈ ਕੇ ਗਿਆ। ਅੱਜ ਮੱਥਾ ਟੇਕਿਆ ਪਰ ਮਹਾਰਾਜ ਦੇ ਵੱਲ ਨਹੀਂ ਵੇਖਣ ਦਿਆ, ਪਤਾ ਮੇਰਾ ਚਿਹਰਾ ਗੁੱਸੇ ਨਾਲ ਭਰਿਆ, ਉਹਨਾਂ ਨੂੰ ਪਤਾ ਨਾ ਲੱਗ ਜਾਵੇ। ਹਾਂਜੀ ਤਬ ਇਨਾਮ ਦੇਵਾਵਨ ਕਰਿਓ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਖਜ਼ਾਨਚੀ ਨੂੰ ਫਿਰ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਖਜ਼ਾਨਚੀ ਇਹਨੂੰ ਅੱਜ ਦਾ ਵੀ ਇਨਾਮ ਦੇ ਦੇ, ਅੱਜ ਦਾ ਵੀ ਦੇ ਦੇ ਇਨਾਮ ਇਹਨੂੰ। ਹਾਂਜੀ ਪੰਜ ਰਜਤ ਪਣ ਲੈ ਚੱਲ ਆਇਓ। ਖਜ਼ਾਨਚੀ ਕਹਿੰਦਾ ਕਿੰਨੇ? ਮਹਾਰਾਜ ਕਹਿੰਦੇ ਓਨੇ ਜਿੰਨੇ ਕੱਲ ਦਿੱਤੇ ਸੀਗੇ, ਪੰਜ ਪੈਸੇ 5 ਰੁਪਈਏ ਦੇ ਦੇ। ਉਹਨੂੰ ਪ੍ਰੇਰਿਆ, ਉਹ ਮਾਰਨ ਵਾਸਤੇ ਉਤਾਵਲਾ ਵੀ ਹੈ, ਦਸਵੇਂ ਪਾਤਸ਼ਾਹ ਫਿਰ 5 ਰੁਪਏ ਦਵਾ ਰਹੇ ਹੈ ਉਹਨੂੰ। ਇਹਨੂੰ ਕਹਿੰਦੇ ਸਤਿਗੁਰੂ, ਇਹਨੂੰ ਕਹਿੰਦੇ ਸਤਿਗੁਰੂ, ਇਹਨੂੰ ਕਹਿੰਦੇ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ। ਹਾਂਜੀ ਚਿੱਤ ਚਿੰਤਾ ਸਭ ਨਦੀ ਬਹਾਇਓ। ਉਹ ਸਾਧ ਸੰਗਤ ਦੀ 5 ਰੁਪਏ ਲੈ ਕੇ ਚਲੇ ਤੇ ਗਿਆ, ਕਰੋਧ ਦੇ ਨਾ ਚਿੰਤਾ ਬੜੀ ਲੱਗੀ ਹੋਈ ਉਹਨੂੰ। ਹਾਂਜੀ ਬੈਠਿਓ ਜਨਨੀ ਕੋ ਟਿਕ ਜਾਇਓ। ਜਨਨੀ ਦੇ ਕੋਲ ਆਪਣੀ ਮਾਤਾ ਦੇ ਕੋਲ ਆ ਕੇ ਸਾਧ ਸੰਗਤ ਜੀ ਬੈਠ ਗਿਆ ਗੁਲ ਖਾਨ। ਹਾਂਜੀ ਨਹ ਬੋਲਤ ਮਨ ਮਨੋ ਹਰਾਇਓ। ਜਦੋਂ ਬੰਦਾ ਗੁੱਸੇ ਵਿੱਚ ਖਿਜਿਆ ਹੁੰਦਾ ਜਾਂ ਬਹੁਤ ਬੋਲਦਾ ਜਾਂ ਚੁੱਪ ਕਰਕੇ ਆ ਕੇ ਬਹਿ ਜਾਂਦਾ ਹੈ, ਇੰਝ ਹੀ ਕਰਦਾ ਹੈ ਨਾ ਬੰਦਾ, ਜਾਂ ਤਾਂ ਰੌਲਾ ਪਾਏਗਾ ਜਾਂ ਚੁੱਪ ਕਰਕੇ ਜਾ ਕੇ ਬਹਿ ਜਾਏਗਾ। ਆ ਕੇ ਗੁਲ ਖਾਂ ਆਪਣੀ ਮਾਂ ਦੇ ਕੋਲ ਚੁੱਪ ਕਰਕੇ ਬਹਿ ਗਿਆ, ਪਰ ਚਿਹਰਾ ਉਹਦਾ ਪਤਾ ਲੱਗਦਾ ਵੀ ਗੁੱਸਾ ਚੜਿਆ ਇਹਨੂੰ। ਹਾਂਜੀ ਬੂਝਤ ਹੈ ਸੁੱਤ ਕਯੋਂ ਮਨੋ। ਉਹ ਮਾਂ ਪੁੱਛਦੀ ਹੈ ਪੁੱਤਰ ਇੰਨਾ ਬੇਚੈਨ ਕਿਉਂ ਹੋਇਆ ਹੋਇਆ। ਹਾਂਜੀ ਕਹਾਂ ਵਿਗਾੜਿਓ ਕਾਰਜ ਘਨੋ। ਤੇਰਾ ਕੰਮ ਕਿਸੇ ਨੇ ਵਿਗਾੜ ਦਿੱਤਾ ਹੈ, ਤੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਹੈ ਪੁੱਤਰ? ਹਾਂਜੀ ਨਹੀਂ ਬਦਨ ਪੂਰਮ ਸਮਹੇਰੋ। ਤੇਰਾ ਪਹਿਲੇ ਵਰਗਾ ਚਿਹਰਾ ਨਹੀਂ ਮੈਂ ਵੇਖਣ ਨਹੀਂ, ਜਿਹੋ ਜਿਹਾ ਪਹਿਲਾਂ ਚਿਹਰਾ ਸੀ, ਜਿਹੋ ਜਿਹਾ ਕੱਲ ਚਿਹਰਾ ਹੈ, ਉਹੋ ਜਿਹਾ ਚਿਹਰਾ ਅੱਜ ਨਹੀਂ ਹੈ ਪੁੱਤ ਤੇਰਾ। ਹਾਂਜੀ ਚਿੰਤਾ ਬਸੀ ਕਹਾਂ ਚਿੱਤ ਤੇਰੋ। ਤੇਰੇ ਚਿੱਤ ਵਿੱਚ ਕੋਈ ਚਿੰਤਾ ਹੈ ਮੇਰੇ ਲਾਲ? ਦੱਸ ਤੈਨੂੰ ਕਾਹਦੀ ਚਿੰਤਾ ਹੈ? ਹਾਂਜੀ ਸੁਣ ਮਾਤਾ ਤੇ ਸਰਬ ਬਿਰਤੰਤ। ਤੇ ਜਦੋਂ ਮਾਂ ਬਾਰ ਬਾਰ ਪੁੱਛੇ ਗੁਲ ਖਾਂ ਪੁੱਤ ਦੱਸ ਕੀ ਹੋਇਆ, ਕਿਸੇ ਨੇ ਕੁਝ ਕਿਹਾ? ਤੇ ਫਿਰ ਗੁਲ ਖਾਂ ਆਪਣੀ ਮਾਂ ਨੂੰ ਕਹਿਣ ਲੱਗਾ, ਕਰਿਓ ਸੁਣਾਵਨ ਆਪਣਾ ਮਤੰਤ। ਆਪਣੇ ਮਨ ਦੀ ਗੱਲ ਸੁਣਾਉਣ ਲੱਗਾ ਮਾਂ ਨੂੰ, ਮਨ ਦੀ ਗੱਲ। ਹਾਂਜੀ ਹਮ ਪਠਾਨ ਕੇ ਪੂਤ ਗੁਸੈਲੇ। ਕਹਿਣ ਲੱਗਾ ਮਾਂ ਮੈਂ, ਅਸੀਂ ਪਠਾਨ ਦੇ ਪੋਤੇ ਹਾਂ, ਬੜੇ ਗੁਸੈਲੇ ਹਾਂ, ਸਾਨੂੰ ਗੁੱਸਾ ਛੇਤੀ ਚੜ੍ਹਦਾ ਹੈ। ਹਾਂਜੀ ਸ਼੍ਰੀ ਗੁਰਪੁਰਬ ਬਾਤ ਚੇਤਾਲੇ। ਮਹਾਰਾਜ ਪਹਿਲੀਆਂ ਗੱਲਾਂ ਚੇਤਾ ਕਰਾਉਂਦੇ ਸਨ ਅੱਜ ਮੈਨੂੰ, ਪਹਿਲੀਆਂ ਗੱਲਾਂ ਬਾਰ ਬਾਰ ਅੱਜ ਮੈਨੂੰ ਚੇਤਾ ਕਰਾਈਆਂ। ਬੈਨ ਬਾਨ ਤੇ ਬੀਂਦਨ ਕੀਨਾ। ਇਹੋ ਇਹੋ ਜਿਹੀਆਂ ਗੱਲਾਂ ਕੀਤੀਆਂ, ਮਾਨੋ ਮੇਰੇ ਹਿਰਦੇ ਤੇ ਮਹਾਰਾਜ ਨੇ ਤੀਰ ਮਾਰੇ ਹੋਣ ਗੱਲਾਂ ਦੇ। ਹਾਂਜੀ ਛੇਕ ਕਰਜੇ ਮੈਂ ਕਰ ਦੀਨਾ। ਉਹ ਜਿਹੜੇ ਬਚਨ ਕੀਤੇ ਨਾ ਮਾਂ, ਮੇਰੇ ਸੀਨੇ 'ਚ ਛੇਕ ਪੈ ਗਈ ਇਹਨਾਂ ਗੱਲਾਂ ਦੇ, ਜਿਹੋ ਦੀਆਂ ਗੱਲਾਂ ਅੱਜ ਮੇਰੇ ਨਾਲ ਕੀਤੀਆਂ ਉਹਨਾਂ ਨੇ। ਹਾਂਜੀ ਘਾਤ ਕਰਤ ਮੈਂ ਸੋਚਤ ਰਹਿਓ। ਕਹਿਣ ਲੱਗਾ ਇਹੋ ਜਿਹੀਆਂ ਗੱਲਾਂ ਕੀਤੀਆਂ, ਮੇਰਾ ਜੀ ਕਰਦਾ ਸੀ ਮੈਂ ਹੁਣੇ ਹੁਣ ਇਹੋ ਜਿਹੀਆਂ ਗੱਲਾਂ ਦਾਸ ਨੂੰ ਉਹਦੀ ਭਾਸ਼ਾ 'ਚ ਬੋਲਣੀਆਂ ਪੈਂਦੀਆਂ, ਮੈਨੂੰ ਮਾਫ਼ ਕਰਿਓ। ਤੁਸੀਂ ਵੀ ਅਤੇ ਸੰਗਤ ਵੀ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮੇਰਾ ਜੀ ਕਰਦਾ ਹੁਣੇ ਹੀ ਉਹਨਾਂ ਨੂੰ ਮਾਰ ਦਿਆਂ, ਕਹਿੰਦਾ ਇਹੋ ਜਿਹਾ ਮੇਰਾ ਜੀ ਕਰਦਾ ਸੀ ਜਦੋਂ ਮੈਂ ਉਹਨਾਂ ਦੇ ਕੋਲ ਬੈਠਾ ਸਾਂ। ਹਾਂਜੀ ਕਈ ਵਾਰ ਮੋਸੋ ਅਸ ਕਹਿਓ। ਮੈਨੂੰ ਕਈ ਵਾਰੀ ਉਹਨਾਂ ਨੇ ਅੱਜ ਪ੍ਰੇਰਿਆ, ਮੈਨੂੰ ਕਈ ਵਾਰੀ ਅੱਜ ਪਤਾ ਉਹਨਾਂ ਨੇ ਕੀ ਆਖਿਆ। ਹਾਂਜੀ ਸੁਣਤ ਪਠਾਨੀ ਸੁਤ ਕਹੋ ਵਰਜਯੋ। ਵਾਰ ਵਾਰ ਕਹਿੰਦੇ ਸੀ ਬਦਲਾ ਲੈਣਾ ਚਾਹੀਦਾ, ਬਦਲਾ ਲੈਣਾ ਚਾਹੀਦਾ, ਮਾਂ ਜੇ ਮੈਂ ਬਦਲਾ ਲੈਂਦਾ ਤਾਂ ਮਾਰ ਆਉਂਦਾ ਅਤੇ ਮੇਰਾ ਜੀ ਕਰਨ ਦਿਆ ਹੀ। ਅਤੇ ਮਾਂ ਸਾਧ ਸੰਗਤ ਗੁਲ ਖਾਨ ਨੂੰ ਕਹਿੰਦੀ ਹੈ। ਹਾਂਜੀ ਮਾਰਨ ਮਰਨੇ ਤੇ ਚਿੱਤ ਲਰ ਜਾਇਓ। ਕਹਿਣ ਲੱਗੀ ਉਹਨੇ ਪੁੱਤਰ ਨੂੰ ਵਰਜਿਆ, ਕਹਿੰਦੀ ਮਾਰਨ ਮਰਨ ਤੋਂ ਚਿੱਤ ਕੰਬਦਾ, ਹੁਣ ਹੁਣ ਨਾ ਪੁੱਤ ਇਹੋ ਜਿਹਾ ਕੰਮ ਕਰੀ। ਹਾਂਜੀ ਗੁਰ ਕੋ ਕਹਿਣ ਦਿਓ ਜਿਮ ਕਹੇ। ਉਹਨਾਂ ਨੂੰ ਕਹਿਣ ਦੇ
ਉਹ ਜੋ ਕਹਿੰਦੇ ਹੈ ਉਹਨਾਂ ਨੂੰ ਕਹਿਣ ਦੇ। ਸਦਾ ਪਾਲਤੇ ਹਮਕੋ ਰਹੇ। ਬਸ ਇੱਕ ਗੱਲ ਚੇਤਾ ਰੱਖ, ਪਹਿਲਾਂ ਤੇਰੇ ਦਾਦੇ ਨੂੰ ਪਾਲਦੇ ਰਹੇ, ਹੁਣ ਤੈਨੂੰ ਪਾਲਣਾ ਸ਼ੁਰੂ ਕਰਤਾ। ਹਾਂਜੀ, ਸੁਣ ਕੇ ਰਿਸੋ ਨਾ ਮਿੱਤਰ ਬਹੁ ਬਚ ਕਹੋ। ਕਹਿਣ ਲੱਗੀ ਸੁਣ ਕੇ ਗੁੱਸਾ ਨਾ ਕਰੀ, ਤੂੰ ਮਿੱਠੇ ਮਿੱਠੇ ਬੋਲ ਹੀ ਬੋਲਿਆ ਕਰ ਉਹਨਾਂ ਨਾਲ। ਹਾਂਜੀ, ਗੁਰ ਸੰਦ ਸਦਾ ਸੁਖ ਲਹੋ। ਪੁੱਤਰ, ਗੁਰੂ ਸਾਹਿਬ ਨਾਲ ਮਿਲਾਪ ਰੱਖੀ, ਜੋ ਬੋਲਦੇ ਬੋਲ ਲੈਂਦੇ, ਵੱਡੇ ਹੈ ਉਹ ਜੋ ਬੋਲਦੇ ਬੋਲਣ ਦਈ, ਤੂੰ ਨਾ ਮਨ ਵਿੱਚ ਗੁੱਸਾ ਕਰਕੇ ਬਹਿ ਜੀ ਕਿਤੇ। ਹਾਂਜੀ, ਅਲਪ ਬੈਸ ਤੂੰ ਤਰਨ ਨਾ ਪਇਓ। ਤੇਰੀ ਤੇ ਉਮਰ ਹੀ ਅਜੇ ਛੋਟੀ ਹੈ, ਅਜੇ ਤੇ ਤੂੰ ਪੁੱਤ ਚੰਗੀ ਤਰ੍ਹਾਂ ਜਵਾਨ ਨਹੀਂ ਹੋਇਆ। ਹਾਂਜੀ, ਚਾਹੋ ਜੀਵਨ ਆਪਣੋ ਹਿੱਤ ਲਇਓ। ਆਪਣਾ ਜੀਵਨ ਜਾਨ ਚ, ਮੈਨੂੰ ਉਹਨੂੰ ਪਤਾ ਸੀ ਜੇ ਸ਼ਰਾਰਤ ਕਰਤੀ ਸਿੰਘਾਂ ਨੇ ਮਾਰ ਦੇਣਾ ਇਹਨੂੰ। ਹਾਂਜੀ, ਜੋ ਸ਼੍ਰੀ ਗੁਰ ਕੇ ਤੀਰ ਬੇਗਾਰ। ਪੁੱਤ, ਜਿਹੜਾ ਗੁਰੂ ਘਰ ਦੇ ਨਾਲ ਪਹਿਲਾਂ ਸਾਡਾ ਵਿਗਾੜ ਪਿਆ ਹੈ। ਹਾਂਜੀ, ਸਿੰਘ ਅਨੇਕ ਤੁਰਤ ਹੀ ਮਾਰਾ। ਉਹ ਅਜੇ ਮਸਾਂ ਮਸਾਂ ਸੁਧਰਿਆ, ਜਿਹੜਾ ਗੁਰੂ ਨਾਲ ਵਿਗੜਦਾ ਸਿੰਘ ਉਹਨੂੰ ਤੁਰੰਤ ਹੀ ਮਾਰ ਦਿੰਦੇ ਹੈ। ਹਾਂਜੀ, ਪੁਸ਼ਕੋ ਦੇਤ ਦਰਬ ਹਿਤ ਕਰਾਂ। ਵੇਖ ਤੈਨੂੰ ਤੇ ਪੈਸੇ ਦੇਂਦੇ ਆ, ਮਾਇਆ ਦੇਂਦੇ, ਰੋਜ਼ 5 ਰੁਪਏ ਲੈ ਕੇ ਆਉਂਦਾ ਸੀਗਾ ਮਹਾਰਾਜ ਕੋਲੋਂ। ਹਾਂਜੀ, ਹਸਤ ਹੋਏ ਕੁਛ ਕੋਪ ਨਾ ਧਰਾਂ। ਤੇ ਤੇਰੇ ਨਾਲ ਹੱਸਦੇ ਰਹਿੰਦੇ ਆ, ਤੈਨੂੰ ਕੋਲ ਬਿਠਾਉਂਦੇ ਆ, ਤੂੰ ਗੁੱਸਾ ਨਾ ਕਰੀ ਉਹਨਾਂ ਦੀ ਗੱਲ ਦਾ। ਹਾਂਜੀ, ਇੱਥੇ ਆਦਕ ਬਹੁਤ ਸਮਝਾਇਓ। ਇਸ ਤਰੀਕੇ ਨਾਲ ਗੁੱਲ ਖਾਨ ਦੀ ਮਾਂ ਗੁੱਲ ਖਾਨ ਨੂੰ ਬਾਰ ਬਾਰ ਸਮਝਾਉਂਦੀ ਹੈ। ਤਊ ਨਾ ਤਿਸਨੇ ਮਨ ਠਹਿਰਾਇਓ। ਪਰ ਫਿਰ ਵੀ ਗੁੱਲ ਖਾਨ ਦੇ ਮਨ ਵਿੱਚ ਗੁਰੂ ਦੇ ਬਚਨ ਹੀ ਵੱਜ ਰਹੇ ਹੈ। ਗੱਜ ਕੇ ਆਖੋ, ਉਹ ਮਹਾਰਾਜ ਨੇ ਤੇ ਪਹਿਲੇ ਦਿਨ ਹੀ ਕਹਿਤਾ, ਜਦੋਂ ਆਇਆ ਜਿੱਦਣ ਮੋਹਰਾਂ ਦਿੱਤੀਆਂ ਸਿੰਘਾਂ ਨੇ ਕਿਹਾ, ਮਹਾਰਾਜ ਨੇ ਪਹਿਲਾਂ ਹੀ ਕਿਹਾ ਇਹਨੇ ਬੜਾ ਵੱਡਾ ਕੰਮ ਕਰਨਾ ਹੈ। ਇੱਕ ਉਹਦੇ ਤੇ ਕੁਦਰਤੀ ਮਾਂ ਦੀਆਂ ਗੱਲਾਂ ਦਾ ਅਸਰ ਹੀ ਨਾ ਹੋਵੇ, ਮਾਂ ਸਮਝਾਵੇ ਉਹਦੇ ਤੇ ਅਸਰ ਹੀ ਨਾ ਹੋਵੇ। ਹਾਂਜੀ, ਚਿਤਵਤ ਚਿਤ ਸੁਪਤ ਪਰ ਰਾਤੀ। ਰਾਤ ਲੰਮੇ ਤੇ ਪੈ ਗਿਆ, ਪਰ ਸਾਰੀ ਰਾਤ ਸੋਚਦਾ ਰਿਹਾ ਮੈਂ ਖੰਜਰ ਕਿਵੇਂ ਚਲਾਵਾਂ। ਹਾਂਜੀ, ਚਿੱਤ ਮੈਂ ਰੜਕਤ ਉੱਠਤ ਪ੍ਰਾਤੀ। ਸਾਧ ਸੰਗਤ ਜੀ, ਸਾਰੀ ਰਾਤ ਗੱਲ ਰੜਕਦੀ ਰਹੀ ਜੀ, ਉਹਨੂੰ ਰੜਕਦੀ ਰਹੀ, ਦਿਨ ਚੜਿਆ ਉੱਠ ਗਿਆ ਜੀ। ਹਰ ਬੰਦੇ ਕੋਲੋਂ ਜਿਹੜਾ ਜਿਹੜਾ ਕੰਮ ਕਰਾਉਣਾ ਸਾਰਾ ਲਿਖਿਆ ਹੋਇਆ, ਇੱਕ ਵਾਰੀ ਗੱਜ ਕੇ ਆਖੋ। ਵਾਹਿਗੁਰੂ ਜੀ। ਤੇ ਸੰਗਤ ਜੀ, ਮਹਾਰਾਜ ਦੇ ਅੱਗੇ ਤਰਲਾ ਲਿਆ ਕਰੋ, ਬੜੀ ਚੰਗੀ ਗੱਲ ਹੈ ਸਾਡੇ ਕੋਲ ਵਧੀਆ ਕੰਮ ਕਰਾਉਣ ਦੇ, ਉਹਦਾ ਕੋਈ ਪਤਾ ਨਹੀਂ, ਉਹ ਮਾੜਾ ਵੀ ਕਰਾ ਸਕਦਾ ਹੈ। ਅਰਦਾਸ ਵੀ ਕਰਦੇ ਰਹਿਣਾ ਚਾਹੀਦਾ, ਜੇ ਉਹਨੇ ਚੰਗੇ ਕੰਮੇ ਲਾਇਆ ਉਹਦੀ ਮਿਹਰ ਹੈ, ਉਹਦੀ ਕਿਰਪਾ ਹੈ। ਹਾਂਜੀ, ਥੂਕ ਜਨਮ ਭਾਖਿਓ ਬਹੁ ਬਾਰੀ। ਹਾਂਜੀ, ਹੋਤ ਕਪੂਤ ਸੁਣਾਏ ਉਚਾਰੀ। ਸਾਧ ਸੰਗਤ ਜੀ, ਉਹ ਉੱਠ ਪਿਆ ਤੇ ਲਾਂਤਾਂ ਪਾਈ ਜਾਂਦਾ, ਗੁਰੂ ਸਾਹਿਬ ਦਾ ਬਚਨ ਚੇਤੇ ਕਰੀ ਜਾਂਦਾ ਵੀ ਮੈਂ ਤੇ ਕਪੁੱਤਰ ਆ, ਮੈਂ ਤੇ ਬਦਲਾ ਨਹੀਂ ਲੈ ਸਕਿਆ। ਹਾਂਜੀ, ਖਾਣ ਪਾਨ ਕਰ ਦਿਵਸ ਗੁਜ਼ਾਰਾ। ਉਹ ਸਾਰਾ ਦਿਨ ਖਾ ਪੀ ਕੇ ਉਹਨੇ ਬਤੀਤ ਕੀਤਾ ਉਹਦੇ ਪੁੱਤਰ ਨੇ, ਪਰ ਖਾਣ ਪੀਣ 'ਚ ਧਿਆਨ ਨਾ ਲੱਗੇ ਗੁੱਲ ਖਾਣ ਦਾ। ਹਾਂਜੀ, ਧਰਿਓ ਦੁਪਹਿਰੋਂ ਸਮੇਂ ਨਿਹਾਰਾ। ਸ਼ਾਮਾਂ ਨੂੰ ਆਉਂਦਾ ਹੁੰਦਾ ਸੀਗਾ, ਦੁਪਹਿਰ ਦਾ ਸਮਾਂ ਹੋ ਗਿਆ, ਦੁਪਹਿਰ ਢਲ ਗਈ ਹੈ, ਇਹਨੇ ਵੇਖਿਆ ਵੀ ਹੁਣ ਦੁਪਹਿਰ ਢਲ ਰਹੀ ਹੈ। ਇੱਕ ਜਾਮ ਦਿਨ ਤੇ ਚੱਲ ਗਏ। ਤੇ ਸਾਧ ਸੰਗਤ ਦੀ, ਜਦ ਇੱਕ ਪਹਿਰ ਦਿਨ ਰਹਿੰਦਾ ਸੀਗਾ, ਗੁੱਲ ਖਾਂ ਉੱਠਿਆ ਤੇ ਬੜੀ ਤਿਆਰੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਿਆ। ਕਰ ਸਲਾਮ ਕੋ ਹੇਰਤ ਭਇਓ। ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਸਲਾਮ ਕੀਤਾ, ਦਰਸ਼ਨ ਕਰਕੇ ਬਹਿ ਗਿਆ। ਅੱਜ ਸਰੀਰ ਵਿੱਚ ਉਹ ਤਰੰਗਾਂ ਨਹੀਂ ਸੀ ਹੈਗੀਆਂ। ਹਾਂਜੀ, ਭਾਵੀ ਪ੍ਰੇਰੋ ਦਰਸ਼ਨ ਕੀਨ। ਭਾਵੀ ਨੇ ਪ੍ਰੇਰਿਆ, ਜੇ ਇਹਨੇ ਸਤਿਗੁਰੂ ਜੀ ਤੇ ਖੰਜਰ ਚਲਾਉਣਾ ਨਾ ਅੱਜ, ਤੇ ਇਹਨੇ ਵੀ ਅੱਜ ਹੀ ਮਰਨਾ ਹੈ। ਗੱਜ ਕੇ ਆਖੋ, ਭਾਰੀ ਦੇ ਭਾਵੀ ਦੇ ਮੌਤ ਦੇ ਪ੍ਰੇਰੇ ਹੋਏ ਨੇ, ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਹੈ। ਸ਼੍ਰੀ ਪ੍ਰਭ ਕਹਿ ਕਹਿ ਆਦਰ ਦੀਨ। ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਾਰੀ ਗੱਲ ਦਾ ਪਤਾ ਮਹਾਰਾਜ, ਇੱਜ਼ਤ ਕਰਨ ਦੇ ਉਹਦੀ। ਮਹਾਰਾਜ ਕਹਿੰਦੇ ਆ ਪਠਾਨ ਦੇ ਪੁੱਤਰ, ਸ਼ਾਬਾਸ਼। ਮਹਾਰਾਜ ਕਹਿੰਦੇ ਤੂੰ ਤੇ ਪਠਾਨ ਦਾ ਪੁੱਤਰ ਹੈ, ਆ ਸਾਡੇ ਸਾਹਮਣੇ ਬਹਿ। ਹਾਂਜੀ, ਨਿਕਟ ਬਿਠਾਏ ਸਰਾਹਣ ਲਾਗੇ। ਮਹਾਰਾਜ ਕੋਲ ਬਿਠਾ ਕੇ ਨਾ ਉਹਦੀ ਤਾਰੀਫ ਕਰਨ ਲੱਗ ਪਏ। ਮਹਾਰਾਜ ਕਹਿੰਦੇ ਵਾਹ ਵਾਹ, ਪਠਾਨ ਬੜੇ ਵਧੀਆ ਬੰਦੇ ਹੁੰਦੇ ਆ। ਮਹਾਰਾਜ ਕਹਿੰਦੇ ਪਠਾਨ ਬੜੇ ਸੂਰਬੀਰ ਹੁੰਦੇ ਆ,
ਉਹਦੀ ਬੜੀ ਸੁਲਭਤਾ ਕਰਨ ਸੱਚੇ ਪਾਤਸ਼ਾਹ। ਹਾਂਜੀ, ਖਾਨਣ ਬੰਸਨਾ ਤਜ ਰਨ ਭਾਗ। ਮਹਾਰਾਜ ਕਹਿੰਦੇ ਜਿਹੜੇ ਖਾਨ ਹੁੰਦੇ ਨਾ ਲਾਗੇ ਸਿੰਘਾਂ ਨੂੰ ਸੁਣਾਉਣ, ਮਹਾਰਾਜ ਕਹਿੰਦੇ ਸਿੰਘੋ ਖਾਨ ਬੜੇ ਸਿਆਣੇ ਉਹਦੇ 'ਤੇ, ਜਿਹੜੇ ਖਾਨ ਹੁੰਦੇ ਆ ਨਾ ਉਹ ਜੰਗ ਦਾ ਮੈਦਾਨ ਛੱਡ ਕੇ ਨਹੀਂ ਭੱਜਦੇ। ਹਾਂਜੀ, ਲੜਤੇ ਕਰ ਹੈ ਪ੍ਰਾਣ ਨਾ ਪਿਆਰੇ, ਉਹਨਾਂ ਨੂੰ ਆਪਣੇ ਪ੍ਰਾਣ ਨਹੀਂ ਪਿਆਰੇ ਹੁੰਦੇ, ਉਹਨਾਂ ਨੂੰ ਜੰਗ ਪਿਆਰੀ ਹੁੰਦੀ, ਉਹ ਜੰਗ ਕਰਦੇ ਰਹਿੰਦੇ ਆ। ਹਾਂਜੀ, ਕੱਟਣ ਬਾਕਣ ਕੋ ਨਹੀਂ ਸਹਾਰੇ। ਤੇ ਮਹਾਰਾਜ ਕਹਿੰਦੇ ਜਿਹੜੇ ਪਠਾਨ ਹੁੰਦੇ ਆ ਨਾ ਉਹ ਮਾੜੇ ਬਚਨ ਨਹੀਂ ਸਹਿੰਦੇ ਕਿਸੇ ਦੇ, ਗੱਜ ਕੇ ਆਖੋ ਉਹ ਪ੍ਰੇਰਨਾ ਜੂ ਉਹੋ ਜਿਹੀ ਦਿੰਦੇ ਆ। ਮਹਾਰਾਜ ਕਹਿੰਦੇ ਪਠਾਨ ਮਾੜੇ ਬਚਨ ਨਹੀਂ ਸਹਿੰਦੇ ਕਿਸੇ ਦੇ। ਹਾਂਜੀ, ਕਬੋ ਸਮਾਂ ਔਚਕ ਬਣ ਜਾਵਾ। ਮਹਾਰਾਜ ਸੱਚੇ ਪਾਤਸ਼ਾਹ ਵੇਖੋ ਮਹਾਰਾਜ ਕੀ ਕਹਿੰਦੇ, ਮਹਾਰਾਜ ਕਹਿੰਦੇ ਜਦੋਂ ਸਮਾਂ ਬਣ ਆਉਂਦਾ ਨਾ ਅਚਾਨਕ ਕਿਤੇ। ਹਾਂਜੀ, ਸ਼ਸਤਰ ਸਭਾ ਮੈਂ ਰਿਪਕੋ ਖਾਵਾ। ਤੇ ਭਾਵੇਂ ਸਭਾ ਹੀ ਲੱਗੀ ਹੋਵੇ, ਜਿਹੜੇ ਪਠਾਨ ਨੇ ਉਹ ਵੈਰੀ ਨੂੰ ਉੱਥੇ ਵੀ ਮਾਰ ਆਉਂਦੇ ਹੈ, ਭਾਵ ਮਹਾਰਾਜ ਉਹਨੂੰ ਪੂਰੀ ਪ੍ਰੇਰਣਾ ਦਿੰਦੇ ਅੱਜ ਪੂਰੀ ਪੂਰੀ। ਹਾਂਜੀ, ਐਸੀ ਬਾਤਨ ਤੇ ਬਿਰਮਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜਿਹੀਆਂ ਗੱਲਾਂ ਕਰ ਕਰ ਉਹਨੂੰ ਹੋਰ ਗਰਮ ਕਰ ਦਿੱਤਾ ਜੀ, ਉਹਨੂੰ ਹੋਰ ਉਹਦੇ ਮਨ 'ਚ ਫੁਰਨੇ ਬਣਾ ਦਿੱਤੇ ਜੀ। ਹਾਂਜੀ, ਉਹਨ ਚੌਪੜ ਕੋ ਦਈ ਵਿਛਾਏ। ਫਿਰ ਚੌਪੜ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਜ ਫਿਰ ਚੌਪੜ ਖੋਲਦੇ ਖੇਡਦੇ ਹਾਂ, ਸਿੰਘ ਵੇਖਣ ਅੱਜ ਤੀਜੇ ਦੇਣਾ ਮਹਾਰਾਜ, ਫਿਰ ਚੌਪੜ ਖੋਲ੍ਹ ਕੇ ਬੈਠਣ ਲੱਗੇ ਹੈ, ਪਰ ਸਿੰਘਾਂ ਨੇ ਹੁਕਮ ਸੁਣ ਕੇ ਚੌਪੜ ਵਿਛਾ ਦਿੱਤੀ ਜੀ। ਹਾਂਜੀ, ਖੇਲਤ ਬਾਜੀ ਨਰਦ ਪਰਹਾਰਾਂ, ਖੇਡਦੇ ਆ ਨਰਦਾਂ ਨੂੰ ਮਾਰਦੇ ਆ। ਕਟ ਬਾਕਨ ਤੇ ਤਰਕ ਉਚਾਰ, ਨਾਲੇ ਕੁਝ ਕਟੀਲੇ ਕਟੀਲੇ ਬਚਨ ਕਰਦੇ ਆ, ਤਰਕਾਂ ਕਰਦੇ ਆ ਸੱਚੇ ਪਾਤਸ਼ਾਹ। ਹਾਂਜੀ, ਪਿਤਾ ਪਤਾਮੇ ਲੈ ਨਾ ਬਦਲਾ। ਤੇ ਮਹਾਰਾਜ ਸਿੰਘਾਂ ਨੂੰ ਕਹਿੰਦੇ ਤੁਸੀਂ ਭਾਈ ਬਾਹਰ ਜਾਓ ਸਾਰੇ, ਕੋਈ ਨਹੀਂ ਸਾਡੇ ਕੋਲ ਗੁਲਖਾਂ ਹੈਗਾ। ਸਿੰਘ ਕਹਿੰਦੇ ਠੀਕ ਹੈ, ਸਾਰੇ ਬਾਹਰ ਚਲੇ ਗਏ ਹੈ ਤੰਬੂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ। ਅਤੇ ਮਹਾਰਾਜ ਕਹਿੰਦੇ ਗੁਲ ਖਾਨ ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ। ਥੂਕ ਜਨਮ ਤੇ ਕਾਇਰ ਦਿਲਾ, ਹਾਏ ਹਾਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ 'ਤੇ ਤਾਂ ਥੁੱਕ ਦੇਣਾ ਚਾਹੀਦਾ, ਇੰਨਾ ਕਾਇਰ ਇੰਨਾ ਡਰਾਕਲ, ਜਿਹੜਾ ਆਪਣਾ ਪਿਤਾ ਪਿਤਾਮੇ ਦਾ ਬਦਲਾ ਨਾ ਲਵੇ, ਦਾਦੇ ਦਾ ਬਦਲਾ ਨਾ ਲਵੇ। ਹਾਂਜੀ, ਡਰਾਂ ਮਰਨ ਤੇ ਲਾਨਤ ਥਿੰਦੀ, ਮਹਾਰਾਜ ਕਹਿੰਦੇ ਉਸ ਗਦੇ ਤੇ ਤੇ ਕਾਇਰ ਤੇ ਤੇ ਲਾਨਤਾਂ ਪੈਣੀਆਂ ਚਾਹੀਦੀਆਂ ਉਹੋ ਜਿਹੇ ਨੂੰ। ਹਾਂਜੀ, ਕਿਉਂ ਜਨਮੋ ਜਨਣੀ ਤੇ ਗੀਦੀ, ਇਹੋ ਜਿਹੇ ਗਦੇ ਨੂੰ ਮਾਂ ਨੇ ਜਨਮ ਹੀ ਕਿਉਂ ਦਿੱਤਾ। ਮਹਾਰਾਜ ਕਹਿੰਦੇ ਜਾਣ ਬੁੱਝ ਕੇ ਗੱਲਾਂ ਉਹੋ ਜਿਹੀਆਂ ਕਰਨ ਦੇ, ਉਹਨੂੰ ਪ੍ਰੇਰਨ ਦੇ ਆ। ਹਾਂਜੀ, ਨਹੀਂ ਸੂਰਮੇ ਕੋ ਸੁਤ ਸੋਈ, ਮਹਾਰਾਜ ਕਹਿੰਦੇ ਉਹ ਗਧਾ ਗਧਾ ਉਹ ਸੂਰਮੇ ਦਾ ਬੱਚਾ ਨਹੀਂ ਹੋ ਸਕਦਾ ਗੁਲਖਾਂ। ਅਤੇ ਗੁਲਖਾਂ ਕਹਿੰਦਾ ਹਾਂਜੀ ਹਾਂਜੀ, ਤਾਂ ਕਹਿੰਦੇ ਕਿਉਂ ਗੁਲਖਾਂ ਮੈਂ ਠੀਕ ਕਹਿ ਰਿਹਾ ਨਾ? ਮਹਾਰਾਜ ਕਹਿੰਦਾ ਹਾਂ ਹਾਂ ਮਹਾਰਾਜ ਠੀਕ ਕਹਿ ਰਹੇ ਹੋ। ਹਾਂਜੀ, ਦਿਲ ਗੀਦੀ ਤੇ ਪਰਖਣ ਹੋਈ, ਮਹਾਰਾਜ ਕਹਿੰਦੇ ਪਰਖ ਕੇ ਵੇਖ ਲਈ ਉਹ ਸੂਰਮੇ ਦਾ ਪੁੱਤ ਨਹੀਂ ਹੋਏਗਾ, ਗਧੇ ਦਾ ਹੋਏਗਾ ਕਹਿੰਦੇ। ਹਾਂਜੀ, ਇਮ ਕਰਹਿ ਪ੍ਰਾਨ ਪ੍ਰੇ ਮਾਰਨ ਮਰਾ। ਅਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨੂੰ ਵਾਰ ਵਾਰ ਕਹਿੰਦੇ, ਮਹਾਰਾਜ ਕਹਿੰਦੇ ਉਹ ਉਹਨਾਂ ਨੂੰ ਆਪਣੇ ਪ੍ਰਾਣ ਨਹੀਂ ਪਿਆਰੇ ਹੁੰਦੇ ਜਿਹੜੇ ਇਹੋ ਜਿਹੇ ਹੁੰਦੇ ਆ ਸੂਰਮੇ, ਉਹ ਕਹਿੰਦੇ ਦੁਸ਼ਮਣ ਨੂੰ ਮਾਰੀਏ ਕਿਸੇ ਤਰੀਕੇ ਨਾਲ, ਆਪਣਿਆਂ ਤੋਂ ਧਿਆਨ ਹੀ ਨਹੀਂ ਕਰਦੇ। ਹਾਂਜੀ, ਥੂਕ ਜਨਮ ਕਯੋਂ ਆ ਯੁੱਧ ਧਰਾ, ਅਤੇ ਜਿਹੜਾ ਆਪਣੇ ਪ੍ਰਾਣ ਪਿਆਰੇ ਰੱਖੇ ਵੀ ਮੇਰੇ ਪ੍ਰਾਣ ਸੰਕਟ 'ਚ ਪੈ ਜਾਣਗੇ, ਇਹੋ ਜਿਹੇ ਯੋਧੇ 'ਤੇ ਤਾਂ ਥੁੱਕ ਦੇਣਾ ਚਾਹੀਦਾ। ਉਹ ਗਰਮ ਕਰਤਾ ਜੀ, ਅਜੇ ਬਹੁਤੀ ਉਮਰ ਨਹੀਂ ਸੀਗੀ, ਨਿਆਣਾ ਸੀਗਾ, ਭਾਵ ਚੰਗੀ ਤਰ੍ਹਾਂ ਜਵਾਨ ਨਹੀਂ ਸੀ ਹੋਇਆ। ਹਾਂਜੀ, ਇਮ ਫੇਰਤ ਬਹੁ ਜਿਮ ਗਜ ਖੂਨੀ, ਅਤੇ ਇਸ ਤਰ੍ਹਾਂ ਮਹਾਰਾਜ ਛੇੜਨ ਦੇ ਆ ਵਾਰ ਵਾਰ, ਉਹਨੂੰ ਵਾਰ ਵਾਰ ਉਹਨੂੰ ਗਰਮ ਕਰ ਰਹੇ ਆ, ਉਹਦੇ ਅੰਦਰ ਵੀਰ ਰਸ ਭਰ ਰਹੇ ਆ। ਹਾਂਜੀ, ਜਾਗਤ ਰਿਸਮੈ ਦੂਨ ਚੌਨੀ, ਸਾਧ ਸੰਗਤ ਜੀ ਉਹਦੇ ਮਨ 'ਚ ਜਿਉਂ ਜਿਉਂ ਗੁਰੂ ਸਾਹਿਬ ਦੇ ਬਚਨ ਸੁਣਨ ਦਿਆ, ਦੂਣਾ ਚੌਣਾ ਗੁੱਸਾ ਚੜੀ ਜਾਂਦਾ ਉਹਨੂੰ। ਹਾਂਜੀ, ਦੋ ਘਟਕਾ ਜਬ ਹੂੰ ਦਿਨ ਰਹਿਓ, ਦੋ ਘੜੀਆਂ ਜਦੋਂ ਦਿਨ ਰਹਿ ਗਿਆ ਹੈ ਨਾ। ਹਾਂਜੀ, ਚੌਪਰ ਤਜਿਓ ਥਿਰਨ ਕੋ ਰਹਿਓ, ਗੱਡ ਕੇ ਆਖੋ। ਅਤੇ ਸਾਧ ਸੰਗਤ ਜੀ ਜਿਹੜਾ ਚੌਪੜ ਹੈ ਉਹ ਮਹਾਰਾਜ ਨੇ ਛੱਡ ਦਿੱਤਾ ਅਤੇ ਲੰਮੇ ਪੈ ਗਏ ਹੈ, ਦੋ ਘੜੀਆਂ ਦਿਨ ਰਹਿ ਗਿਆ, ਭਾਵ ਸ਼ਾਮਾਂ ਤੋਂ ਪਹਿਲਾਂ ਦਾ ਥੋੜ੍ਹਾ ਜਿਹਾ ਸਮਾਂ ਹੈ। ਹਾਂਜੀ, ਗੁਲਖਾਂ ਸੁਣ ਸੁਣ ਧੀਰਜ ਸ਼ੋਰਾ, ਮਹਾਰਾਜ ਲੰਮੇ ਪੈ ਗਏ ਸੱਚੇ ਪਾਤਸ਼ਾਹ, ਅਤੇ ਗੁਲਖਾਂ ਨਾ ਜਿਉਂ ਜਿਉਂ ਬਚਨ ਸੁਣਨ ਦਿਆ ਉਹਦਾ ਧੀਰਜ ਹੌਲਾ ਹੋਈ ਜਾਂਦਾ, ਵੀ ਹੁਣੇ ਖੰਜਰ ਚੁੱਕਾਂ 'ਤੇ ਮਾਰਾਂ ਇਹਨਾਂ ਨੂੰ।
ਹਾਂਜੀ ਤਕਹਿ ਮਾਰਬੇ ਗੁਰ ਕੀ ਓਰਾ ਤੇ ਕੀ ਹਣ ਹੈ ਤੇ ਦੁਸ਼ਟੀ ਕਵਾਂਗੇ, ਪਰ ਪ੍ਰੇਰਿਆ ਮਹਾਰਾਜ ਨੇ ਆਪ ਸਾਰੀ ਖੇਡ ਕਰਨ ਦੇ, ਕਿੱਥੋਂ ਇਹਦੀ ਹਿੰਮਤ ਪੈਣੀ ਸੀ। ਸਾਧ ਸੰਗਤ ਆਪੇ ਸਿੰਘ ਬਾਹਰ ਭੇਜੇ ਆ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਵੱਲ ਤੱਕਦਾ, ਕਿੱਥੇ ਕੁ ਮਾਰਾਂ। ਹਾਂਜੀ ਜਕ ਤੱਕ ਕਰ ਤਿੰਨ ਖੜਗ ਸੰਭਾਰੋ, ਤੇ ਸਾਧ ਸੰਗਤ ਜੀ ਜਕੋ ਤੱਕੋ ਕਰਕੇ ਉਹਨੇ ਆਪਣੀ ਤਲਵਾਰ ਜਿਹੜੀ ਪਾਈ ਸੀ ਉਹਨੂੰ ਸਾਂਭਿਆ। ਹਾਂਜੀ ਮਾਰਨ ਕੋ ਮਨ ਬਹੁਤ ਵਿਚਾਰੋ, ਲੰਮਾ ਪੈ ਗਏ ਇਹਨੂੰ ਲਾਗੇ ਬਿਠਾ ਲਿਆ, ਬਚਨ ਸ਼ੁਰੂ ਕਰਤੇ ਮਹਾਰਾਜ ਨੇ, ਤੇ ਸਾਧ ਸੰਗਤ ਜੀ ਇਹ ਵਿਉਂਤ ਜੀ ਬਣਾਈ ਜਾਂਦਾ ਮਨ ਵਿੱਚ, ਕਿਵੇਂ ਮਾਰਾਂ ਕਿੱਥੇ ਮਾਰਾਂ। ਹਾਂਜੀ ਹੇਰ ਸਿੰਘ ਗਨ ਇਤ ਉਤ ਤੱਕ, ਤੇ ਸਿੰਘਾਂ ਨੂੰ ਵੇਖਦਾ ਬਾਹਰ ਵੀ ਸਿੰਘ ਇੱਧਰ ਉੱਧਰ ਹੈ, ਕਿਤੇ ਛੇਤੀ ਆ ਹੀ ਨਾ ਜਾਣ ਤੰਬੂ 'ਚ। ਹਾਂਜੀ ਹਥੋਂ ਆਜ ਜਬ ਹੋਏ ਏਕਾਂਕ, ਜਦੋਂ ਲਾਗੇ ਸਿੰਘ ਨਾ ਹੋਣ ਦੂਰ ਦੂਰ ਹੋਣ, ਉਦੋਂ ਅੱਜ ਮੈਂ ਮਾਰ ਦੇਣਾ ਹੈ ਗੱਜ ਕੇ। ਆਖੋ ਮਾਫ਼ੀ ਬਖਸ਼ਿਓ ਦੀ ਭਾਸ਼ਾ 'ਚ ਬੋਲਣਾ ਪੈਂਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਾਫ਼ ਕਰਿਓ, ਮਹਾਰਾਜ ਆਪ ਸੰਗਤਾਂ ਵੀ ਮਾਫ਼ ਕਰਿਓ, ਇਹੋ ਜਿਹੀਆਂ ਗੱਲਾਂ ਸੋਚਣ ਦੇ ਆ। ਹਾਂਜੀ ਪਾਠ ਸੋਦਰ ਅਰਦਾਸ ਉਚਾਰੀ, ਸਭਨ ਗੁਰੂ ਕੋ ਬੰਧਨ ਧਾਰੀ। ਉੱਧਰ ਮਹਾਰਾਜ ਗਰੀਬ ਨਵਾਜ ਉੱਠ ਕੇ ਬੈਠ ਗਏ, ਸੋਦਰ ਦਾ ਸਮਾਂ ਹੋ ਗਿਆ, ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਆ ਗਏ, ਅਰਦਾਸ ਹੋਈ ਹੈ, ਪਾਠ ਹੋਇਆ, ਅਰਦਾਸ ਹੋਈ, ਸਾਰਿਆਂ ਨਮਸਕਾਰ ਕੀਤੀ। ਹਾਂਜੀ ਰੁੱਖ ਲੱਖ ਕੈ ਨਿਜ ਨਿਜ ਥਲ ਗਏ, ਮਹਾਰਾਜ ਨੇ ਫਿਰ ਇਸ਼ਾਰਾ ਕੀਤਾ, ਛੇਤੀ ਖੁਸ਼ੀਆਂ ਦੇ ਦਿੱਤੀਆਂ ਸਭ ਨੂੰ ਵੀ ਜਾਓ ਭਾਈ ਆਪੋ ਆਪਣੇ ਕੰਮਾਂ ਕਾਰਾਂ 'ਚ ਲੱਗੋ। ਗੁਰੂ ਸਾਹਿਬ ਦਾ ਰੁੱਖ ਵੇਖ ਕੇ ਸਾਰੇ ਸਿੰਘ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ। ਹਾਂਜੀ ਉਠਤ ਪਠਾਨ ਬਿਨਾਵਤ ਪਏ, ਉਠਤ ਪਠਾਨ ਬਿਠਾਵਤ ਪਏ, ਗੱਜ ਕੇ ਆਖੋ ਉਹ ਪਠਾਨ ਉੱਠਣ ਲੱਗਾ। ਮਹਾਰਾਜ ਕਹਿੰਦੇ ਗੋਲਖਾਂ ਤੂੰ ਕਿੱਧਰ ਚੱਲਾ ਹੈ, ਮਹਾਰਾਜ ਕਹਿੰਦੇ ਬੈਠ ਜਾ ਬੈਠ ਜਾ। ਹਾਂਜੀ ਫਿਰੇ ਪਰਯੰਕ ਉਪਰੇ ਫੇਰ ਸਾਰੇ ਚਲੇ ਗਏ, ਫਿਰ ਮਹਾਰਾਜ ਸਭ ਨੂੰ ਤੰਬੂ ਚੋਂ ਬਾਹਰ ਭੇਜ ਦਿੰਦੇ। ਮਹਾਰਾਜ ਕਹਿੰਦੇ ਬਹਿ ਜਾ ਕੋਈ ਗੱਲਬਾਤ ਕਰੀਏ, ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਹੈ ਤੰਬੂ 'ਚ, ਇਹ ਵੀ ਮਹਾਰਾਜ ਦੇ ਕੋਲ ਬੈਠਾ, ਤੇ ਸੱਚੇ ਪਾਤਸ਼ਾਹ ਲੰਮੇ ਪੈ ਗਏ ਹੈ। ਹਾਂਜੀ ਇੱਕ ਜਮ ਤਰ ਲੀਨੀ ਕਰ ਹੇਰ, ਇੱਕ ਕਟਾਰ ਵੇਖ ਕੇ ਆਪਣੇ ਹੱਥ ਵਿੱਚ ਲੈ ਲਈ ਸੱਚੇ ਪਾਤਸ਼ਾਹ ਨੇ ਆਰਾਮ ਕਰਨ ਤੋਂ ਪਹਿਲਾਂ ਨਾ ਇੰਝ ਆਪਣੇ ਹੱਥ 'ਚ ਫੜੀ ਹੈ। ਹਾਂਜੀ ਗੁਲਖਾਂ ਨਿਕਟ ਹੋਏ ਇਸ ਦੇਖ, ਤੇ ਮਹਾਰਾਜ ਕਹਿੰਦੇ ਗੁਲਖਾਂ ਦੂਰ ਕਿਉਂ, ਨੇੜੇ ਆ ਜਾ, ਸਾਡੇ ਨੇੜੇ ਆ ਜਾ। ਮਹਾਰਾਜ ਦੀ ਇੱਛਾ ਸੀ ਤਾਂ ਹੋ ਰਿਹਾ, ਸਰੀਰ ਤਿਆਗਣਾ ਬਿੱਧ ਬਣਾਉਣੀ ਹੈ ਮਹਾਰਾਜ ਨੇ, ਉਹ ਮਾਲਕ ਨੇ, ਆਮ ਦੁਨੀਆਂ ਵਾਲਾ ਹਿਸਾਬ ਨਹੀਂ ਹੈਗਾ, ਨੇੜੇ ਆ ਜਾ ਸਾਡੇ। ਉਹ ਨੇੜੇ ਆਇਆ, ਮਹਾਰਾਜ ਕਹਿੰਦੇ ਵੇਖ ਹਾਂ ਗੁਲਖਾਂ, ਕਟਾਰ ਵੇਖ ਜਮ ਤਰ। ਹਾਂਜੀ ਪਰਖੋ ਕੀਮਤ ਇਸ ਹੈ ਵਿਸ਼ੇਖ, ਮਹਾਰਾਜ ਕਹਿੰਦੇ ਇਹਦੀ ਕੀਮਤ ਕਿੰਨੀ ਕੁ ਹੋਣੀ ਹੈ, ਪਰਖ ਕਰ ਕਿੰਨੀ ਕੁ ਮਹਿੰਗੀ ਹੋਣੀ ਹੈ। ਹਾਂਜੀ ਕਰ ਕੇ ਨਗਨ ਦਈ ਤੇ ਸਹਾਥ, ਮਹਾਰਾਜ ਨੇ ਉਹਨੂੰ ਮਿਆਨ ਚੋਂ ਕੱਢ ਕੇ ਨਗਨ ਕਰਕੇ ਜਮ ਤਰ ਦਿੱਤੀ ਉਹਨੂੰ, ਨਗਨ ਕਰਕੇ। ਹਾਂਜੀ ਉਨ ਪ੍ਰੇਰਨ ਲਾਗੇ ਕਹਿ ਨਾਥ, ਕੌਣ ਹੈ ਜਿਹੜਾ ਇਸ ਤਰ੍ਹਾਂ ਕਰ ਸਕਦਾ ਹੈ। ਉਹਨੂੰ ਫੜਾ ਕੇ ਫਿਰ ਨਾ ਉਹ ਹੋਰ ਬਚਨ ਕਰਦਿਆਂ ਕਰਦਿਆਂ ਫਿਰ ਉਹ ਗੱਲਾਂ ਕਰਨ ਲੱਗ ਪਏ। ਹਾਂਜੀ ਪਿਸਰ ਪਦਰ ਕੋ ਬਦਲਾ ਲੇਵਾ, ਮਹਾਰਾਜ ਕਹਿੰਦੇ ਸੂਰਬੀਰ ਤੇ ਉਹ ਹੈ ਜਿਹੜਾ ਬਦਲਾ ਲਵੇ, ਤੇ ਮਹਾਰਾਜ ਕਹਿੰਦੇ ਕਰਾਇਆ ਨਾ ਉਹਨਾਂ ਦਾ ਨਾਸ ਦੁਸ਼ਟਾਂ ਦਾ ਸਾਰਿਆਂ ਦਾ, ਬੰਦਾ ਸਿੰਘ ਬਹਾਦਰ ਰਾਹੀਂ ਮਹਾਰਾਜ ਬਚਨ ਕਰਦੇ, ਮਹਾਰਾਜ ਕਹਿੰਦੇ ਕਰਾ ਦਾ ਨਾ ਨਾਸ ਵੇਖ, ਮਹਾਰਾਜ ਕਹਿੰਦੇ ਉਹ ਹੈ ਜਿਹੜਾ ਬਦਲਾ ਲਵੇ। ਹਾਂਜੀ ਹੱਕ ਉਤਾਰ ਆਪਣੋ ਦੇਵਾ, ਜਿਹੜਾ ਰਿਣ ਲਾਵੇ ਹੱਕ ਉਤਾਰ ਦੇਵੇ, ਭਾਵ ਆਪਣਾ ਕਰਜ਼ਾ ਪੂਰਾ ਕਰੇ। ਹਾਂਜੀ ਵੈਰੀ ਮਿਲਾ ਏਕਾਂਤ ਸਥਾਨੀ, ਮਹਾਰਾਜ ਕਹਿੰਦੇ ਗੁਲਖਾਂ ਵੈਰੀ ਨੂੰ ਮਾਰਨ ਦਾ ਵੀ ਦਾਅ ਚਾਹੀਦਾ, ਸਾਰੀਆਂ ਗੱਲਾਂ ਸੁਣਾਉਂਦੇ ਆ। ਮਹਾਰਾਜ ਕਹਿੰਦੇ ਜਦੋਂ ਵੈਰੀ ਇਕੱਲਾ ਹੋਵੇ, ਉਹਦੇ ਲਾਗੇ ਕੋਈ ਨਾ ਹੋਵੇ। ਹਾਂਜੀ ਆਪ ਹੋਏ ਤਬ ਆਯੁੱਧ ਪਾਨੀ, ਬੰਦੇ ਦੇ ਹੱਥ 'ਚ ਸ਼ਸਤਰ ਹੋਵੇ, ਹਥਿਆਰ ਹੋਵੇ। ਹਾਂਜੀ ਮੰਗ ਨਹੀਂ ਥੂਕ ਮੁਖ ਵਾਕੇ, ਤੇ ਜੇ ਫਿਰ ਵੀ ਨਾ ਮਾਰੇ ਤੇ ਫਿਰ ਤੇ ਉਹਨੂੰ ਥੁੱਕ ਹੀ ਦੇਣਾ ਚਾਹੀਦਾ ਉਹਦੇ ਮੂੰਹ ਤੇ, ਉਹਦੇ 'ਚ ਇੰਨੀ ਤਾਕਤ ਨਹੀਂ ਹੈਗੀ। ਹਾਂਜੀ ਜੀਵਨ ਪਰ ਲਾਹਨਤ ਬਹੁ ਤਾਂਕੇ, ਇਹੋ ਜੇ ਬੰਦੇ ਦੀ ਜ਼ਿੰਦਗੀ 'ਤੇ ਲਾਹਨਤਾਂ ਪਾਉਣੀਆਂ ਚਾਹੀਦੀਆਂ, ਮਹਾਰਾਜ ਕਹਿੰਦੇ। ਹਾਂਜੀ ਇਮ ਕਹਿ ਲੀਨੇ ਮੂੰਦ ਬਿਲੋਚਨ, ਉਹ ਅੰਦਰੋਂ ਹੋਰ ਗਰਮ ਹੋ ਗਿਆ। ਇਸ ਤਰੀਕੇ ਨਾਲ ਮਹਾਰਾਜ ਬੈਠੇ ਬੈਠੇ ਆਰਾਮ ਕਰਦੇ ਆ, ਲੰਮੇ ਪੈ ਕੇ ਵਾਹਿਗੁਰੂ 'ਤੇ ਅੱਖਾਂ ਬੰਦ ਕਰ ਲਈਆਂ ਜੀ। ਹਾਂਜੀ
ਦ੍ਰਿਗ ਮੁੰਦੇ ਆਪ ਦੇਖਤ ਨਾਹੀਂ ਤੇ ਗੁਲਖਾਂ ਸਮੇਂ ਵਿਚਾਰਿਓ ਮਾਰਨ ਤੇ ਤੁਮ ਥਿਰੇ ਤਮ ਥਿਰਿਓ ਹੋਏ ਦੀਪਕ ਜਾਰਨ ਲਾਗੇ ਇੱਕ ਦੀਵਾ ਬਲ ਰਿਹਾ ਤੇ ਹਨੇਰਾ ਹੋ ਗਿਆ ਗੁਲਖਾਂ ਵਿਚਾਰ ਕਰਦਾ ਦ੍ਰਿਗ ਮੁੰਦੇ ਆਪ ਦੇਖਤ ਨਾਹੀਂ ਅੱਖਾਂ ਬੰਦ ਨੇ ਹੁਣ ਕਿਹੜਾ ਵੇਖਣ ਦੇ ਹੈ ਥਿਰੇ ਸਿੰਘ ਕੋ ਨਾਹਨ ਪਾਹੀ ਕੋਈ ਸਿੰਘ ਵੀ ਨਹੀਂ ਹੈਗਾ ਉਹਦੇ ਮਨ 'ਚ ਭੜਕ ਭੜਕਿਆ ਹੋਇਆ ਸੀਗਾ ਮਨ ਵਿੱਚ ਪੂਰਾ ਉਹ ਹਾਂਜੀ ਜਮ ਧਰ ਨੰਗੀ ਤੀਖਨ ਹੱਥ ਮਹਾਰਾਜ ਨੇ ਆਪ ਹੀ ਉਹਦੇ ਹੱਥ 'ਚ ਜਮ ਧਰ ਫੜਾਈ ਸੀ ਉਹ ਵੀ ਉਹਦੇ ਹੱਥ 'ਚ ਹੈ ਬਿਨਾਂ ਮਿਆਨ ਤੋਂ ਹੈ ਇੰਨੀ ਤਿੱਖੀ ਹੈ ਹੱਥ ਨੂੰ ਲੱਗੇ ਹੱਥ ਵੱਢ ਦੇ ਉਸੇ ਸਮੇਂ ਹਾਂਜੀ ਇੱਤ ਉੱਤ ਅਵਲੋਕਤ ਡਰ ਸਾਥ ਇੱਧਰ ਉੱਧਰ ਡਰ ਨਾਲ ਵੇਖਦਾ ਕੋਈ ਆ ਨਾ ਜਾਵੇ ਇਤਨੇ ਮਹਿ ਦ੍ਰਿਗ ਪੰਕਜ ਖੋਲੇ ਮਾਰਨ ਦੀ ਪੂਰੀ ਤਿਆਰੀ ਹੈ ਇੰਨੇ ਨੂੰ ਮਹਾਰਾਜ ਨੇ ਨੇਤਰ ਖੋਲ ਲਏ ਸੱਚੇ ਪਾਤਸ਼ਾਹ ਨੇ ਹਾਂਜੀ ਸਮੁੱਖ ਪਠਾਨ ਨਿਕਟ ਕਰ ਬੋਲੇ ਸਾਹਮਣੇ ਪਠਾਨ ਹੈ ਲਾਗੇ ਹੀ ਬਿਠਾਇਆ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਵੇਖ ਕੇ ਕਹਿਣ ਲੱਗੇ ਸਮਾ ਸ਼ਤਰੂ ਹਤਬੇ ਕਹੁ ਪਾਵਾ ਚੂਕ ਜਾਏ ਫਿਰ ਹੱਥ ਨਾ ਆਵਾ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਡੀ ਖੇਡ ਮਹਾਰਾਜ ਵਰਤਾ ਰਹੇ ਹੈ ਉਹਨੂੰ ਕਹਿਣ ਲੱਗੇ ਗੁਲ ਖਾਂ ਸਮਾਂ ਬੈਰੀ ਨੂੰ ਮਾਰਨ ਦਾ ਇੱਕ ਵਾਰ ਲੰਘ ਜਾਵੇ ਫਿਰ ਹੱਥ ਨਹੀਂ ਆਉਂਦਾ ਫਿਰ ਹੱਥ ਨਹੀਂ ਆਉਂਦਾ ਹਾਂਜੀ ਰਹਿ ਬੇਸੂਰਤ ਗੀਦੀ ਹੋਏ ਫਿਰ ਤੇ ਗਦੇ ਗਦਾ ਕਾਇਰ ਫਿਰ ਝੂਰਦਾ ਹੀ ਰਹੇਗਾ ਹਾਂਜੀ ਥੂਕ ਜਨਮ ਲਾਨਤ ਲੈ ਸੋਏ ਥੁੱਕ ਥੁੱਕ ਥੂਕ ਹੈ ਉਹਦੇ ਉਹਦੇ ਜੀਵਨ ਤੇ ਥੁੱਕ ਦੇਣਾ ਚਾਹੀਦਾ ਬਾਰ ਬਾਰ ਇਮ ਕਹਿਓ ਗੁਸਾਈ ਗੱਲਾਂ ਹੋਰ ਕਰ ਕਰਕੇ ਪਿਆਰ ਵਾਲੀਆਂ ਵੀ ਗੱਲਾਂ ਉਹਦੇ ਨਾਲ ਕਰੀ ਜਾਂਦੇ ਆ ਉਹਨੂੰ ਗਰਮ ਵੀ ਕਰੀ ਜਾਂਦੇ ਆ ਕਈ ਕੁਝ ਕਰੀ ਜਾਂਦੇ ਆ ਫਿਰ ਗੱਲਾਂ ਕਰ ਬਚਨ ਕਰਦੇ ਕਰਦੇ ਫਿਰ ਨੇਤਰ ਬੰਦ ਕਰ ਲਏ ਬਾਰ ਬਾਰ ਦ੍ਰਿਗ ਮੂੰਦਤ ਜਾਈ ਤੇ ਮਹਾਰਾਜ ਕਦੀ ਨੇਤਰ ਖੋਲ ਲੈਂਦੇ ਆ ਕਦੀ ਬੰਦ ਕਰ ਲੈਂਦੇ ਖੋੜੇ ਦੇ ਬਚਨ ਕਰਦੇ ਆ ਫਿਰ ਖੋਲਦੇ ਆ ਬੰਦ ਕਰ ਦਿੰਦੇ ਕੋਈ ਬਚਨ ਕਰਦੇ ਆ ਗੁਲਖਾਂ ਹੰਗਾਰਾ ਭਰ ਦਿੰਦਾ ਲਾਗੇ ਬੈਠਾ ਹੈ ਹਾਂਜੀ ਬਾਰ ਬਾਰ ਗੁਲਖਾਂ ਕੋ ਪ੍ਰੇਰਾ ਪਰ ਗੱਲਾਂ ਗੱਲਾਂ ਵਿੱਚ ਬਾਰ ਬਾਰ ਉਹਨੂੰ ਪ੍ਰੇਰ ਦਿੰਦੇ ਆ ਹਾਂਜੀ ਸਭ ਬਿਦ ਦਾਵ ਬਣਿਓ ਤੇ ਸਹੇਰਾ ਤੇ ਗੱਲਾਂ ਗੱਲਾਂ ਵਿੱਚ ਉਹਨੂੰ ਦੱਸ ਦਿੱਤਾ ਵੀ ਤੇਰਾ ਦਾ ਸਾਰਾ ਬਣ ਗਿਆ ਹੈ ਸਿੰਘ ਲਾਗੇ ਕੋਈ ਨੀ ਮੈਂ ਇਕਾਂਤ ਚੈਂ ਤੇਰੇ ਹੱਥ ਚ ਜਮ ਧਰ ਹੈ ਹਾਂਜੀ ਜਮ ਧਰ ਨਗਨ ਹੱਥ ਮੈਂ ਧਰੀ ਹੁਣ ਉਹ ਗੁਲ ਖਾਨ ਉਹ ਨਗਨ ਜਮ ਧਰ ਨੂੰ ਵੇਖਦਾ ਪ੍ਰਭ ਕੋ ਤਾਕ ਪ੍ਰਹਾਰਨ ਕਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਹਾਰਾਜ ਆਰਾਮ ਕਰ ਰਹੇ ਆ ਉਹਨੇ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਵਾਜ ਜੀ ਦੇ ਉੱਤੇ ਉਹ ਤਿੱਖੀ ਕਟਾਰ ਦੇ ਨਾਲ ਵਾਰ ਕੀਤਾ ਸਮੁੱਖ ਹਿਰਦੈ ਕੋ ਜਬੇ ਚਲਾਈ ਜਦੋਂ ਮਹਾਰਾਜ ਦੇ ਹਿਰਦੇ ਵਾਲੇ ਪਾਸੇ ਸਾਹਮਣੇ ਨੂੰ ਚਲਾਈ ਹੈ ਨਾ ਉਹਨੇ ਹਾਂਜੀ ਗਈ ਨਿਫਲ ਨਹਿ ਪਰਵੇਸ਼ੀ ਜਾਈ ਤੇ ਅੱਧੀ ਕੁ ਲੱਗੀ ਹੈ ਅੰਦਰ ਨਹੀਂ ਪ੍ਰਵੇਸ਼ ਹੋਈ ਮਹਾਰਾਜ ਨੇ ਕੁਛ ਨਹੀਂ ਕੀਤਾ ਨਾ ਕੋਈ ਚੀਕ ਨਾ ਕੋਈ ਹਿੱਲੇ ਨਾ ਕੋਈ ਜੁੱਲੇ ਐਂਡ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਜਾਂਦੀ ਨਹੀਂ ਹੈ ਵੇਖੋ ਮਹਾਰਾਜ ਦਾ ਪਵਿੱਤਰ ਸਰੀਰ ਇੱਕ ਇੱਕ ਰੋਮ 'ਚ ਦੀਨ ਦੁਨੀਆਂ ਵੱਸਦੇ ਹੈ ਗੁਲ ਖਾਨ ਸ਼ਸਤਰ ਮਾਰਨ ਦੇ ਹੈ ਹਾਂਜੀ ਤਰਾਸਤ ਹੱਥ ਕੰਪ ਕਰ ਗਏ ਡਰ ਇੰਨਾ ਪੈ ਗਿਆ ਹੱਥ ਕੰਬਣ ਲੱਗ ਪਏ ਗੁਲ ਖਾਨ ਦੇ ਵੀ ਅੰਦਰ ਨਹੀਂ ਗਈ ਹਾਂਜੀ ਤਨਕ ਤਨਕ ਖਾਮ ਨਹਿ ਭਇਓ ਇਹ ਸਰੀਰ ਨੂੰ ਕੋਈ ਮਾੜਾ ਜਿਹਾ ਜ਼ਖਮ ਵੀ ਨਹੀਂ ਕਰ ਸਕਿਆ ਮੈਂ ਕੀ ਹੋ ਗਿਆ ਹੱਥ ਕੰਬ ਗਏ ਇਕਦਮ ਪਹਿਲੇ ਵਾਰ ਹਾਂਜੀ ਉਨ ਏਕਲ ਹੀ ਪ੍ਰਭ ਕੋ ਹੇਰ ਫਿਰ ਵੇਖਿਆ ਚੱਲ ਅਜੇ ਗੱਲ ਨਹੀਂ ਬਣੀ ਕੁਝ ਨਹੀਂ ਕੀਤਾ ਇਹਨਾਂ ਨੂੰ ਅਜੇ ਕੁਛ ਪਤਾ ਨਹੀਂ ਲੱਗਾ ਗਾੜੀ ਨੀਂਦੇ ਸੌਂ ਗਏ ਆ ਕਿਤੇ ਕੱਲਿਆਂ ਵੇਖਿਆ ਮਹਾਰਾਜ ਜੀ ਹਾਂਜੀ ਜਮ ਧਰ ਮਾਰੀ ਦੂਸਰ ਬੇਰ ਦੁਸ਼ਟ ਨੇ ਗੁੱਸੇ ਵਿੱਚ ਆ ਕੇ ਕਰਨ ਦਾਦੇ ਵਾਲਾ ਹੀ ਕੰਮ ਦਿਆ ਪਿਆਰਿਓ ਮਹਾਰਾਜ ਤੇ ਦੂਜੀ ਵਾਰੀ ਵਾਰ ਕੀਤਾ ਇਹਨੇ ਹਾਂਜੀ ਭੁੱਜ ਕੇ ਤਰੇ ਗਇਓ ਸੋ ਵਾਰ ਤੇ ਸਾਧ ਸੰਗਤ ਦੀ ਬਾਂਹ ਦੇ ਥੱਲੇ ਇੱਧਰ ਇੱਕ ਪਾਸੇ ਵਾਰ ਕੀਤਾ ਇਹਨੇ ਹਾਂਜੀ ਲੱਗੀ ਨਾ ਤਨ ਕੋ ਥਿਰੇ ਜੁਝਾਰ ਤੇ ਉਹ ਵੀ ਹੱਥ ਇਹਦਾ ਚੰਗੀ ਤਰ੍ਹਾਂ ਹਿੰਮਤ ਨਹੀਂ ਕਰਨ ਦਿਆ ਕੰਬੀ ਜਾਂਦਾ ਚੰਗੀ ਤਰ੍ਹਾਂ ਲੱਗੀ ਨਹੀਂ ਹੈ ਮਹਾਰਾਜ ਡੋਲ ਪਏ ਆ ਸੱਚੇ ਪਾਤਸ਼ਾਹ ਪਤਾ ਆਪ ਹੀ ਸਾਰਾ ਕੁਝ ਕਰਨ ਦੇ ਹੈ ਹਾਂਜੀ ਪੁਨ ਤਰ ਤਰ ਤੀਸਰੋ ਮਾਰਾ ਫਿਰ ਇਹਨੇ ਧੀਰਜ ਧਾਰ ਕੇ ਹੱਥ ਕੰਬਣ ਨਹੀਂ ਦੇਣਾ
ਇਹਨੂੰ ਮਾਰਾ ਦੇ ਵਚਨ ਚੇਤੇ ਆਉਂਦੇ ਆ, ਥੋਕਾਂ ਮੂੰਹ ਤੇ ਪੈਣੀਆਂ ਚਾਹੀਦੀਆਂ, ਲਾਹਨਤਾਂ ਨੇ ਉਹਨੂੰ ਬਦਲਾ ਨਹੀਂ ਲੈਂਦਾ। ਸਾਧ ਸੰਗਤ ਨੇ ਤੀਜੀ ਵਾਰੀ ਹੱਥ ਤੇ ਕੰਟਰੋਲ ਕੀਤਾ, ਪੂਰਾ ਧੀਰਜ ਧਾਰਿਆ, ਲਾਗ ਉਧਰ ਮੈਂ ਕੌਤਕ ਫਾਰਾ, ਗੱਜ ਕੇ ਆਖੋ ਲਾਗ ਉਧਰ ਮੈਂ ਕੇਤਕ ਫਾਰਾ। ਮਹਾਰਾਜ ਦੇ ਇਧਰ ਪੇਟ ਵਾਲੇ ਪਾਸੇ ਇੰਨੀ ਜ਼ੋਰ ਦੀ ਦੁਸ਼ਟ ਨੇ ਖੰਜਰ ਚਲਾਇਆ, ਕੁਝ ਕੁ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪੇਟ ਹੈ ਸਾਧ ਸੰਗਤ ਜੀ ਉਹ ਪਾੜ ਦਿੱਤਾ ਇਹਨੇ ਜੀ, ਮਹਾਰਾਜ ਜੀ ਦੇ ਉਹ ਵੱਡਾ ਪਾੜ ਪੈ ਗਿਆ ਉੱਥੇ। ਹਾਂਜੀ, ਲਗਾ ਘਾਵ ਤੇ ਕੋਪ ਬਿਸਾਲਾ, ਹੁਣ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਹੈ, ਘਾਵ ਜਦੋਂ ਅੰਦਰ ਚਲੇ ਗਈ ਹੈ ਨਾ, ਇੱਕ ਇਹ ਮਹਾਰਾਜ ਦੀ ਇੱਛਾ ਹੈ, ਉਹ ਕੁਛ ਨਹੀਂ ਕਰ ਸਕਦਾ। ਸਾਧ ਸੰਗਤ ਮਹਾਰਾਜ ਇਕਦਮ ਸਾਵਧਾਨ ਹੋਇਆ। ਹਾਂਜੀ, ਜਮ ਧਰ ਦੂਜੀ ਧਰੀ ਸੰਭਾਲਾ, ਦੂਜੀ ਦੋ ਦਿੱਤੀਆਂ ਸਨ ਨਾ ਉਹਨਾਂ ਨੇ, ਤੁਸੀਂ ਅੱਜ ਹੀ ਸੁਣਿਆ, ਉਹ ਦੂਜੀ ਜਿਹੜੀ ਸੀਗੀ ਕਟਾਰ ਮਹਾਰਾਜ ਨੇ ਕੋਲ ਰੱਖੀ ਸੀ ਜਮ ਧਰ, ਉਸ ਵੇਲੇ ਫੜ ਲਈ ਮਹਾਰਾਜ ਨੇ। ਹਾਂਜੀ, ਤਤ ਸ਼ਿਨ ਸ਼੍ਰੀ ਪ੍ਰਭੂ ਵਾਰ ਪ੍ਰਹਾਰ, ਇੰਨੀ ਫੁਰਤੀ ਗੁੱਲ ਖਾਣ ਭੱਜਣ ਦੀ ਤਿਆਰੀ ਕਰਨ ਦਿਆ, ਮਹਾਰਾਜ ਨੇ ਉਸੇ ਵੇਲੇ ਉਹ ਜਮ ਧਰ ਫੜੀ ਤੇ ਉਹਦੇ ਤੇ ਵਾਰ ਕੀਤਾ। ਉਧਰ ਪਠਾਨ ਸ਼ਤਰੂ ਕੋ ਫਾਰਿਓ, ਮਹਾਰਾਜ ਨੇ ਉਹਦੇ ਪੇਟ ਵਿੱਚ ਮਾਰੀ ਹੈ, ਇੱਧਰ ਹੱਥ ਰੱਖਿਆ ਸੱਚੇ ਪਾਤਸ਼ਾਹ ਨੇ ਸਾਹਮਣੇ ਨੂੰ ਉੱਠ ਕੇ ਉਹਦੇ ਪੇਟ 'ਚ ਮਾਰੀ, ਉਹਦਾ ਪੇਟ ਫਾੜ ਦਿੱਤਾ ਮਹਾਰਾਜ ਨੇ। ਹਾਂਜੀ, ਉੱਚੀ ਧੁਨ ਪਾਖਿਓ ਤਿਸ ਬੇਰਾ, ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਸਿੰਘ ਕਿਸੇ ਨੂੰ ਆਵਾਜ਼ ਮਾਰੇ, ਹੈ ਕੋ ਸਿੰਘ ਹਮਾਰੇ ਨੇੜਾ, ਮਹਾਰਾਜ ਕਹਿੰਦੇ ਉਹ ਪਿਆਰਿਓ ਕੋਈ ਸਿੰਘ ਸਾਡੇ ਨੇੜੇ ਹੈ, ਸੁਣਤ ਸ਼ਬਦ ਕੋ ਤਸ਼ ਸ਼ਿਨ ਆਏ, ਸਿੰਘ ਬਾਹਰ ਵੇਖਣ ਦੇ ਹੈ, ਮਹਾਰਾਜ ਦੀ ਆਵਾਜ਼ ਹੈ, ਸੱਚੇ ਪਾਤਸ਼ਾਹ ਦੀ ਆਵਾਜ਼ ਹੈ, ਸੁੱਖ ਹੋਵੇ ਸਹੀ। ਸਾਧ ਸੰਗਤ ਦੌੜ ਕੇ ਸਿੰਘ ਮਹਾਰਾਜ ਜੀ ਦੇ ਕੋਲ ਆਏ, ਨਾਂਗੇ ਖੜਗ ਗਹੇ ਕਰ ਧਾਏ, ਨੰਗੀਆਂ ਤਲਵਾਰਾਂ ਹੱਥ 'ਚ ਫੜੀਆਂ ਭੱਜੇ ਆ ਰਹੇ ਹੈ ਸਿੰਘ, ਪਿਪ ਲੱਖਾ ਸਿੰਘ ਧਰਿਓ ਪਠਾਨ, ਲੱਖਾ ਸਿੰਘ ਨੇ ਵੇਖਿਆ ਪਠਾਨ ਆਪਣਾ ਪੇਟ ਫੜੀ ਬੈਠਾ ਪਾੜਿਆ ਪਿਆ, ਉੱਧਰ ਮਹਾਰਾਜ ਦੇ ਜ਼ਖਮ 'ਚੋਂ ਖੂਨ ਵਗ ਰਿਹਾ, ਸਤਿਗੁਰੂ ਨੇ ਹੱਥ ਰੱਖਿਆ, ਉਹਨੂੰ ਪਤਾ ਲੱਗ ਗਿਆ ਇਹਨੇ ਦੁਸ਼ਟ ਨੇ ਕੋਈ ਕਾਰਾ ਕੀਤਾ ਹੈ। ਹਾਂਜੀ, ਬਲ ਤੇ ਹਨੀ ਕਿਰਪਾਨ ਮਹਾਨ, ਬੜੀ ਜ਼ੋਰ ਦੇ ਨਾਲ ਤਲਵਾਰ ਦਾ ਵਾਲ ਜਿਹੜਾ ਹੈ ਨਾ ਸਾਧ ਸੰਗਤ ਜੀ ਉਹ ਗੁੱਲ ਖਾਂ ਦੇ ਸਿਰ ਵਾਲੇ ਗਲੇ ਨੂੰ ਕੀਤਾ ਹੈ, ਕਾਟ ਗਰੀਬ ਤੇ ਸੀਸ ਉਤਾਰਾ, ਤੇ ਬਸ ਧੌਣ ਤੋਂ ਸਿਰ ਵੱਢ ਦਿੱਤਾ ਜੀ ਉਹਦਾ ਉਸੇ ਵੇਲੇ ਜੀ। ਇੱਕ ਵਾਰੀ ਲੱਖਾ ਸਿੰਘ ਨੂੰ ਚੇਤੇ ਕਰਕੇ ਜਕਾਰਾ ਲਾਓ ਭਾਈ ਗੁਰਮੁਖ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਉਹਨੂੰ ਤੇ ਉਸੇ ਵੇਲੇ ਝਟਕਾ ਦਿੱਤਾ ਜੀ ਗੁੱਲ ਖਾਂ ਪਠਾਨ, ਸਿਰ ਵੱਢਤਾ ਭਾਈ ਲੱਖਾ ਸਿੰਘ ਨੇ ਉਹਦਾ। ਹਾਂਜੀ, ਪਰਿਓ ਗੋਰ ਸੁਣ ਇਤ ਉਤ ਭਾਰਾ, ਉਹਦਾ ਸਿਰ ਜਦੋਂ ਵੱਢਤਾ ਇੱਧਰ ਉੱਧਰ ਰੌਲਾ ਪੈ ਗਿਆ, ਫਿਰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਵੱਲ ਲੱਖਾ ਸਿੰਘ ਵੇਖਣ ਲੱਗ ਪਿਆ। ਹਾਂਜੀ, ਪ੍ਰਭ ਜੀ ਕਹਿਓ ਪ੍ਰਥਮ ਹੀ ਮਰਿਓ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਤਿਗੁਰੂ ਨੇ ਕਿਹਾ, ਮਹਾਰਾਜ ਕਹਿੰਦੇ ਤਾਂ ਪਹਿਲਾਂ ਹੀ ਮਰ ਗਿਆ ਸੀ। ਹਾਂਜੀ, ਕਾਹੇ ਖੜਗ ਪ੍ਰਹਾਰਨ ਕਰਿਓ, ਮਹਾਰਾਜ ਲੱਖਾ ਸਿੰਘ ਨੇ ਪਿਆਰ ਚ ਆ ਕੇ ਸਿਰ ਵੱਢ ਦਿੱਤਾ, ਤੇ ਮਹਾਰਾਜ ਕਹਿੰਦੇ ਤੇ ਪਹਿਲਾਂ ਹੀ ਇਹਦਾ ਢਿੱਡ ਪਾੜਤਾ ਮਰ ਗਿਆ ਸੀ, ਕਿਉਂ ਮਾਰੀ ਉਹ ਕਿਰਪਾਨ, ਮਹਾਰਾਜ ਕਹਿੰਦੇ ਕਿਉਂ ਮਾਰੀ ਉਹ। ਸਾਧ ਸੰਗਤ ਇਹਦੇ ਤੋਂ ਅੱਗੇ ਫਿਰ ਕੱਲ੍ਹ ਨੂੰ ਆਪਾਂ ਸੁਣਾਂਗੇ। ਇੱਧਰ ਹੱਥ ਰੱਖ ਲਿਆ ਸੱਚੇ ਪਾਤਸ਼ਾਹ ਨੇ ਆਪਣਾ, ਵੱਡਾ ਜ਼ਖਮ ਹੋ ਗਿਆ ਤੇ ਖੂਨ ਵਗ ਰਿਹਾ ਮੇਰੇ ਸਤਿਗੁਰੂ ਗਰੀਬ ਨਵਾਜ਼ ਜੀ ਦੇ, ਇਹ ਆਪ ਹੀ ਸੱਚੇ ਪਾਤਸ਼ਾਹ ਨੇ ਸਾਰੀ ਖੇਡ ਵਰਤਾਈ ਹੈ। ਆਪ ਕਾਰਨ ਕੀਆ, 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 ਆਪ ਕਾਰਨ ਕੀਆ। ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਮੁਖੜਾ ਪਰੀਆਂ ਤੋਂ ਵੀ ਸੋਹਣਾ, ਮਹਾਰਾਜ ਸੱਚੇ ਪਾਤਸ਼ਾਹ ਦੇ ਜ਼ਖਮ ਹੋ ਗਿਆ, ਇਹ ਆਪ ਹੀ ਬਿਰਧ ਮਹਾਰਾਜ ਨੇ ਬਣਾਈ ਹੈ। ਇਹਦੇ ਤੋਂ ਅੱਗੇ ਕਥਾ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ।